ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਰਾ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀਰਾ ਸਾਹਿਬ, ਅੱਜ 10 ਸਤੰਬਰ 2019 26 ਪਾਦੋ ਨਾਨਕ ਸ਼ਾਹੀ ਸਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ਼ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਅਨ ਕੇਬਲ, ਵੈਲਫੇਅਰ ਕੇਬਲ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ TV84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 5 ਅਗਸਤ ਤੋਂ ਜਿਸ ਤਰ੍ਹਾਂ ਕਿ ਕਸ਼ਮੀਰ ਨੂੰ 2 ਹਿੱਸਿਆਂ 'ਚ ਵੰਡਿਆ ਗਿਆ, ਜਿਸ ਤਰ੍ਹਾਂ ਕਿ ਉਹ 370 ਧਾਰਾ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ। ਸੋ ਉਦੋਂ ਤੋਂ ਲੈ ਕੇ ਹੁਣ ਤੱਕ, ਯਾਨੀ ਕਿ 5 ਅਗਸਤ ਤੋਂ ਲੈ ਕੇ ਅੱਜ 10 ਸਪਟੰਬਰ ਹੈ, ਅਜੇ ਵੀ ਕਰਫਿਊ ਉੱਥੇ ਲੱਗਾ ਹੋਇਆ ਹੈ। ਸੋ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਹੋਸਪਿਟਲ ਨੇ ਉਹ ਕਬਰਾਂ ਬਣਾਤੀਆਂ ਗਈਆਂ ਨੇ ਔਰ ਉੱਥੇ ਜਿਸ ਤਰ੍ਹਾਂ ਕਿ ਜਲ ਥਲ ਸਾਰਾ ਕੁਝ ਪ੍ਰਭਾਵਿਤ ਹੈ ਇਸ ਕਰਫਿਊ ਤੋਂ, ਔਰ ਸਾਰੇ ਜਿਸ ਤਰ੍ਹਾਂ ਕਿ ਮੋਦੀ ਸਰਕਾਰ ਕਹਿ ਰਹੀ ਹੈ ਕਿ ਉੱਥੇ ਸਾਰਾ ਕੁਝ ਬਿਲਕੁਲ ਵਧੀਆ ਹੈ। ਸੋ ਉਹ ਐਗਰੀ ਨੇ ਇਸ ਫੈਸਲੇ ਨਾਲ, ਸੋ ਫਿਰ ਉਹਨਾਂ ਨੇ ਕਰਫਿਊ ਕਿਉਂ ਲਗਾਇਆ ਹੋਇਆ ਹੈ। ਸੋ ਅਸੀਂ 5 ਅਗਸਤ ਤੋਂ ਲੈ ਕੇ ਹੁਣ ਤੱਕ ਕਸ਼ਮੀਰ ਇਸ਼ੂ 'ਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਵਿਚਾਰ ਆਮ ਵੀ ਕਰ ਰਹੇ ਹਾਂ। ਸੋ ਜੋ ਵੀ ਇਸ ਮੁੱਦੇ 'ਤੇ ਸਪੋਰਟਸ ਮਿਲ ਰਹੀਆਂ ਨੇ ਜਿਸ ਤਰ੍ਹਾਂ ਬਾਹਰਲੇ ਦੇਸ਼ਾਂ ਤੋਂ, ਸੋ ਅਸੀਂ ਡਾਕਟਰ ਸਾਹਿਬ ਉਹਨਾਂ ਦੇ ਕਮਿਟ ਕਰਦੇ ਨੇ। ਸੋ ਹੁਣ ਵੀ ਅੱਜ ਵੀ ਜੋ ਅੱਜ ਦਾ ਸਾਡਾ ਜਿਹੜਾ ਅਹਿਮ ਇਸ਼ੂ ਹੋਏਗਾ ਉਹ ਕਸ਼ਮੀਰ ਮੁੱਦੇ 'ਤੇ ਹੋਏਗਾ। ਸੋ ਅਸੀਂ ਚਾਹਵਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਨੂੰ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਬੇਸ਼ੱਕ 5 ਅਗਸਤ ਤੋਂ ਦੁਨੀਆ ਦੇ ਸਾਹਮਣੇ ਜਦੋਂ ਕਿ ਭਾਰਤੀ ਪਾਰਲੀਮੈਂਟ ਨੇ ਆਰਟੀਕਲ 370 ਨੂੰ ਖਤਮ ਕੀਤਾ, ਇਹ ਇੱਕ ਖੁੱਲ੍ਹੀ ਜੇਲ੍ਹ ਬਣਿਆ ਹੋਇਆ, ਪਰ 3 ਅਗਸਤ ਤੋਂ ਹੀ ਕਸ਼ਮੀਰ ਵਾਦੀ ਨੂੰ ਬਾਕੀ ਦੁਨੀਆ ਨਾਲੋਂ ਕੱਟ ਦਿੱਤਾ ਗਿਆ ਸੀ ਔਰ ਅੱਜ 37ਵਾਂ ਦਿਨ ਹੈ ਜਦੋਂ ਕਿ ਕਸ਼ਮੀਰ ਦੇ ਲੋਕ, ਇੱਕ ਅੰਦਾਜ਼ੇ ਮੁਤਾਬਕ 15,000 ਤੋਂ ਜ਼ਿਆਦਾ ਲੋਕ ਜੇਲ੍ਹਾਂ ਵਿੱਚ ਡੱਕੇ ਹੋਏ ਨੇ। ਕਸ਼ਮੀਰ ਤੋਂ ਬਾਹਰ ਉਹਨਾਂ ਨੂੰ ਡਿਫਰੈਂਟ ਸਟੇਟਾਂ ਦੇ ਵਿੱਚ ਲਿਜਾ ਕੇ ਖਾਸ ਤੌਰ 'ਤੇ UP ਦੇ ਵਿੱਚ ਰੱਖਿਆ ਹੋਇਆ। ਲੀਡਰਸ਼ਿਪ ਉਹਨਾਂ ਦੀ ਜਾਂ ਤਾਂ ਹਾਊਸ ਅਰੈਸਟ 'ਚ ਹੈ ਅਤੇ ਜਾਂ ਬਿਲਕੁਲ ਇਮੋਬਾਈਲ ਕੀਤੀ ਹੋਈ ਹੈ। ਕੋਈ ਵੀ ਉੱਥੇ ਧਾਰਮਿਕ ਆਜ਼ਾਦੀ ਤਾਂ ਦੂਰ ਦੀ ਗੱਲ, ਆਪਣੇ ਮੁਹੱਲਿਆਂ 'ਚੋਂ ਲੋਕ ਨਹੀਂ ਨਿਕਲ ਸਕਦੇ, ਥਾਂ ਥਾਂ ਬੈਰੀਕੇਡ ਲੱਗੇ ਹੋਏ ਨੇ, ਈਵਨ ਮੈਡੀਕਲ ਸਰਵਿਸਿਜ਼ ਤੱਕ ਵੀ ਜਿਹੜੀਆਂ ਨੇ ਉਹ ਪ੍ਰੋਵਾਈਡ ਨਹੀਂ ਕੀਤੀਆਂ ਜਾ ਰਹੀਆਂ। ਸਕੂਲ, ਕਾਲਜ, ਯੂਨੀਵਰਸਿਟੀਆਂ, ਐਗਜ਼ਾਮ, ਦਫ਼ਤਰ ਸਭ ਬੰਦ ਹੈ ਔਰ ਇਸ ਨਾਲ 80 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਨੇ। ਐਮਨੈਸਟੀ ਇੰਟਰਨੈਸ਼ਨਲ ਨੇ ਵੀ ਇਸ ਦੇ ਬਾਰੇ ਅਰਜੈਂਟ ਕੈਂਪੇਨ ਸ਼ੁਰੂ ਕੀਤਾ ਹੋਇਆ ਔਰ ਇਸ ਬਾਰੇ ਅੱਗੇ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਦਾ 42ਵਾਂ ਸੈਸ਼ਨ ਜਿਹੜਾ ਜਨੀਵਾ ਬੈਲਜੀਅਮ ਦੇ ਵਿੱਚ ਅੱਜ ਚੱਲਿਆ,
ਔਰ ਜਿਹਦੇ 'ਚ ਭਾਰਤ ਔਰ ਪਾਕਿਸਤਾਨ ਦੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਔਰ ਭਾਰਤ ਦੇ ਜਿਹੜੀ ਹੈ ਫੋਰਨ ਅਫੇਅਰਸ ਦੀ ਲੇਡੀ, ਉਹਨਾਂ ਨੇ ਇੱਕ ਦੂਸਰੇ ਨੂੰ ਜਿਹੜਾ ਕਸ਼ਮੀਰ ਦੇ ਮੁੱਦੇ 'ਤੇ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਉਸ ਦੀ ਗੱਲ ਅਸੀਂ ਬਾਅਦ ਦੇ ਵਿੱਚ ਵੇਰਵੇ ਦੇ ਨਾਲ ਕਰਦੇ ਹਾਂ, ਪਰ ਅੱਜ ਇਸਲਾਮਿਕ ਕੈਲੰਡਰ ਦੇ ਵਿੱਚ ਜਿਹਨੂੰ ਸਾਡੇ ਖਿੱਤੇ 'ਚ ਮੁਹੱਰਮ ਕਿਹਾ ਜਾਂਦਾ ਔਰ ਯੌਮੇ ਆਸ਼ੁਰਾ, ਇਸ ਦਾ ਨੌਵਾਂ ਔਰ ਦਸਵਾਂ ਦਿਨ ਮੁਹੱਰਮ ਦੇ ਮਹੀਨੇ ਦਾ ਜਿਹੜਾ ਉਹ ਬੜਾ, ਇਸ ਨੂੰ ਕਰਬਲਾ ਦੇ ਮੈਦਾਨ ਦੇ ਵਿੱਚ ਜੋ ਕੁਰਬਾਨੀ ਇਮਾਮ ਹੁਸੈਨ ਨੇ ਕੀਤੀ, ਉਹਨਾਂ ਦੇ ਸਾਥੀਆਂ ਨੇ ਕੀਤੀ, ਧੋਖੇ ਦੇ ਨਾਲ ਉਹਨਾਂ ਨੂੰ ਘੇਰਿਆ ਗਿਆ ਔਰ ਉਸ 'ਚੋਂ ਬੇਸ਼ੱਕ ਇੱਕ ਸਟੇਜ 'ਤੇ ਜਿਹੜੇ ਜ਼ੁਲਮ ਕਰਨ ਵਾਲੇ ਸੀ ਜਾਂ ਯਜ਼ੀਦ ਜਾਂ ਉਹ ਸਾਰੇ ਕਬੀਲੇ ਦੇ ਲੋਕ ਜਿਹੜੇ ਸਮਝਦੇ ਸੀ ਕਿ ਅਸੀਂ ਇਸ ਆਵਾਜ਼ ਨੂੰ ਜਿਹੜੀ ਅਸਲ ਇਸਲਾਮ ਦੀ ਆਵਾਜ਼ ਸੀ ਉਹ ਦਬਾ ਦਿੱਤੇ, ਪਰ ਜਦੋਂ ਉਸ ਖਿੱਤੇ ਦੇ ਬਰੇ ਸਗੀਰ ਦੇ ਇੱਕ ਉਰਦੂ ਸ਼ਾਇਰ ਨੇ ਇਹ ਲਾਈਨ ਕਹੀ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ, ਅਤੇ ਇਹ ਹਰ ਉਸ ਕੌਮ ਦੇ ਲਈ ਜਿਹੜੀ ਜੈਨੋਸਾਈਡਸ 'ਚੋਂ ਨਿਕਲ ਰਹੀ ਹੈ, ਜਿਨ੍ਹਾਂ ਨੇ ਬੀਤੇ ਦੇ ਵਿੱਚ ਜੈਨੋਸਾਈਡ ਸਫ਼ਰ ਕੀਤੇ ਨੇ ਜਾਂ ਜ਼ੁਲਮ ਦਾ ਸ਼ਿਕਾਰ ਨੇ, ਜਾਂ ਅੱਜ ਦੇ ਕੌਂਟੈਕਸਟ ਦੇ ਵਿੱਚ ਖਾਸ ਤੌਰ 'ਤੇ ਕਸ਼ਮੀਰ ਵਾਦੀ ਦੇ 80 ਲੱਖ ਦੇ ਕਰੀਬ ਲੋਕ, ਔਰ ਜਦੋਂ ਕਿ ਕਸ਼ਮੀਰ ਵਾਦੀ ਦੇ ਵਿੱਚ ਇਸ ਕਰਬਲਾ ਦੀ ਇਸ ਯਾਦ ਨੂੰ ਮਨਾਉਂਦਿਆਂ ਜਿਹੜਾ ਉਹ ਤਾਜ਼ੀਆ ਕੱਢੇ ਜਾਂਦੇ ਨੇ, ਪਰ ਇਸ ਵਾਰ ਮੁਕੰਮਲ ਮਸੀਤਾਂ ਬੰਦ ਨੇ, ਕਿਤੇ ਵੀ ਕੋਈ ਇਸ ਦੇ ਉੱਤੇ ਉਹਨਾਂ ਨੂੰ ਇਹ ਦਿਨ ਮਨਾਉਣ ਦੀ ਇਜਾਜ਼ਤ ਨਹੀਂ ਹੈ। ਹਾਲਾਂ ਪਾਕਿਸਤਾਨ ਦੇ ਵਿੱਚ ਬੜੀ ਸੋਲੀਡੈਰਿਟੀ ਦੇ ਨਾਲ ਇਸ ਦਿਨ ਨੂੰ ਹੋਰ ਵੀ ਉਤਸ਼ਾਹ ਦੇ ਨਾਲ ਮਨਾਇਆ ਗਿਆ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਇਸ ਮੌਕੇ 'ਤੇ ਆਪਣੇ ਲੋਕਾਂ ਦੇ ਨਾਂ ਸੁਨੇਹਾ ਵੀ ਦਿੱਤਾ, ਉਹਦੇ 'ਚ ਵੀ ਉਹਨਾਂ ਨੇ ਕਸ਼ਮੀਰੀ ਲੋਕਾਂ ਦਾ ਜ਼ਿਕਰ ਕੀਤਾ ਕਿ ਜਿਹੜੀ ਯਾਦ ਦਹਾਨੀ ਕਰਬਲਾ ਕਰਵਾਉਂਦਾ ਹੈ ਜ਼ੁਲਮ ਦੇ ਖਿਲਾਫ ਲੜਨ ਦੀ, ਸਾਨੂੰ ਇਸ ਦੇ ਉੱਤੇ ਖਲੋਣ ਦੀ ਲੋੜ ਹੈ ਔਰ ਅਸੀਂ ਵੀ ਜਿੱਥੇ ਆਪਣੇ 1.5 ਬਿਲੀਅਨ ਤੋਂ ਜ਼ਿਆਦਾ ਸਾਡੇ ਵੀਰ ਭੈਣਾਂ ਜਿਹੜੇ ਇਸਲਾਮ ਦੇ ਵਿੱਚ ਯਕੀਨ ਰੱਖਦੇ ਨੇ, ਜਿਨ੍ਹਾਂ ਦੇ ਲਈ ਇਹ ਕਰਬਲਾ ਦੀ ਯਾਦ ਦਹਾਨੀ ਉਹਨਾਂ ਦੇ ਇਤਿਹਾਸ ਨੂੰ ਹੀ ਯਾਦ ਨਹੀਂ ਕਰਵਾਉਂਦੀ, ਇਹ ਵੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਜਿਹੜਾ ਸੱਚ ਦਾ ਰਸਤਾ ਹੁੰਦਾ ਹੈ, ਹੱਕ ਦਾ ਰਸਤਾ ਹੁੰਦਾ ਹੈ, ਇਹ ਕੁਰਬਾਨੀ ਦਾ ਰਸਤਾ ਹੁੰਦਾ ਔਰ ਇਸ ਦੇ ਲਈ ਜਿਹੜਾ ਸਰੀਰਾਂ ਦੇ ਆਪਣੇ ਵਜੂਦ ਦੇ ਜਿਹੜੇ ਨੇ ਉਹ ਨਜ਼ਰਾਨੇ ਦਿੱਤੇ ਜਾਂਦੇ ਨੇ ਔਰ ਇਹੀ ਦਿੱਤਾ ਨਜ਼ਰਾਨਾ ਸ਼ਹਾਦਤ ਦਾ ਅਲਟੀਮੇਟਲੀ ਰੱਬ ਦੇ ਦਰਵਾਜ਼ੇ ਖੋਲਦਾ, ਰੱਬ ਨਾਲ ਮਿਲਾਪ ਦੇ, ਇਸ਼ਕ ਹਕੀਕੀ ਦੇ। ਸੋ ਅਸੀਂ ਆਪਣੇ ਸਾਰੇ ਮੁਸਲਮਾਨ ਭਰਾਵਾਂ ਭੈਣਾਂ ਦੇ ਨਾਲ ਇਸ ਮੌਕੇ ਦੇ ਉੱਤੇ ਉਹਨਾਂ ਦੇ ਨਾਲ ਆਪਣਾ ਸ਼ਮੂਲੀਅਤ ਵੀ ਦਿਖਾਉਂਦੇ ਹਾਂ ਔਰ ਇਸ ਗੱਲ ਦਾ, ਕਿਉਂਕਿ ਸਿੱਖੀ ਦਾ ਆਧਾਰ ਵੀ ਇਹ ਬੜਾ ਮੁੱਢਲੇ ਤੌਰ 'ਤੇ ਇਸ ਪਾਠ ਨੂੰ ਜਦੋਂ ਅਸੀਂ ਬਾਬਾ ਨਾਨਕ ਸਾਹਿਬ ਦਾ ਇਹ ਫਰਮਾਨ ਯਾਦ ਕਰਦੇ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਕੀਜੈ, ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤੇ ਸਿਰ ਤਲੀ ਤੇ ਰੱਖ ਲੈ ਤੇ ਇਸ ਗਲੀ ਵਿੱਚ ਆ ਜਾ, ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤੇ, ਪਿੱਠ ਨਹੀਂ ਦਿਖਾਈ। ਸੋ ਇਹ ਇਸ਼ਕ ਹਕੀਕੀ ਦੀ ਗੱਲ ਹੈ ਕਿ ਜਿਹੜੇ ਸੱਚ ਹੱਕ ਇਨਸਾਫ ਤੇ ਰਸਤੇ ਤੇ ਤੁਰਦੇ ਨੇ ਉਹ ਮੌਤ ਤੋਂ ਬੇਪਰਵਾਹ ਹੁੰਦੇ ਨੇ, ਉਹਨਾਂ ਦੇ ਲਈ ਆਪਣੇ ਰੱਬ ਨੂੰ ਰਿਝਾਉਣਾ
ਔਰ ਸੱਚ ਦੇ ਰਸਤੇ ਤੇ ਚੱਲਣਾ ਹੀ ਜਿਹੜਾ ਉਹਨਾਂ ਦਾ ਇਮਾਨ ਹੁੰਦਾ। ਔਰ ਇਸ ਮੌਕੇ ਤੇ ਜਦੋਂ ਕਿ ਜਿਵੇਂ ਅਸੀਂ ਜ਼ਿਕਰ ਕੀਤਾ ਕਿ 42ਵਾਂ ਸੈਸ਼ਨ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਦਾ ਚੱਲ ਰਿਹਾ ਔਰ ਉਸ ਦੇ ਵਿੱਚ ਭਾਰਤੀ ਸਪੋਕਸਪਰਸਨ ਨੇ ਜਿਹੜੇ ਇੱਦਾਂ ਦੇ ਮੌਕੇ ਜਾਂ ਕਿਸੇ ਮੁਸਲਮਾਨ ਨੂੰ ਭੇਜ ਦਿੰਦੇ ਨੇ, ਲੰਬਾ ਵਕਤ ਖੁਰਸ਼ੀਦ ਅਹਿਮਦ ਰਹੇ ਜਾਂ ਕਿਸੇ ਲੇਡੀ ਨੂੰ ਭੇਜ ਦਿੰਦੇ ਨੇ, ਲੇਕਿਨ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਬੜੇ ਚੰਗੇ ਢੰਗ ਦੇ ਨਾਲ ਕਸ਼ਮੀਰ ਦਾ ਕੇਸ ਪੇਸ਼ ਕੀਤਾ। ਦੁਨੀਆ ਦੀਆਂ ਤਾਕਤਾਂ ਦੇ ਜਿਹੜੇ ਨੁਮਾਇੰਦੇ ਨੇ, ਹੁੰਦਾ ਤਾਂ ਇਹ ਇੱਕ ਐਵੇਂ ਫਿਊਟਾਈਲ ਐਕਸਰਸਾਈਜ਼ ਵੀ ਕਹਿ ਸਕਦੇ ਹਾਂ, ਕਿਉਂਕਿ ਇਹਦੇ 'ਚੋਂ ਨਿਕਲਣਾ ਨਿਕਾਲਣਾ ਤਾਂ ਕੁਛ ਨਹੀਂ ਹੈ। ਬਹੁਤਿਆਂ ਨੂੰ ਕੀ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਵੀ ਕੀ ਹੋ ਰਿਹਾ? ਇਹਨਾਂ ਦੀਆਂ ਤਾਂ ਇੰਟੈਲੀਜੈਂਸ ਏਜੰਸੀਆਂ ਹਰ ਥਾਂ ਬੈਠੀਆਂ ਹੋਈਆਂ ਨੇ, ਲੇਕਿਨ ਇਹਦੇ ਬਾਵਜੂਦ ਕੁਛ ਚੀਜ਼ਾਂ ਜਦੋਂ ਵਾਰ ਵਾਰ ਚਰਚਾ ਦੇ ਵਿੱਚ ਰਹਿੰਦੀਆਂ ਅਤੇ ਐਟਲੀਸਟ ਖਬਰਾਂ ਦੀਆਂ ਸੁਰਖੀਆਂ ਜ਼ਰੂਰ ਨੇ, ਉਹਨਾਂ 'ਚੋਂ ਜਿਹੜਾ ਉਹ ਗਾਇਬ ਨਹੀਂ ਹੋਈ ਔਰ ਦੁਨੀਆ ਦੀ ਕਲੈਕਟਿਵ ਕੌਨਸ਼ੀਅਸ ਨੂੰ, ਸਾਂਝੀ ਕੌਨਸ਼ੀਅਸ ਨੂੰ ਇਹ ਝੰਜੋੜਨ ਦੀ ਲਾਈਨ ਵੀ ਹੈ ਜਿਹੜੀ ਕਿ ਲਗਾਤਾਰਤਾ ਦੇ ਨਾਲ ਜੇ ਇੱਕ ਪਾਸੇ 37 ਦਿਨ ਤੋਂ ਉਹ ਘੇਰਾਬੰਦੀ ਹੈ, ਉਹ ਇੱਕ ਖੁੱਲ੍ਹੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਡੱਕਿਆ ਹੋਇਆ ਅਤੇ ਦੁਨੀਆ ਦੇ ਵਿੱਚ ਵੀ ਇਹਨਾਂ 37 ਦਿਨਾਂ ਦੇ ਵਿੱਚ ਥਾਂ ਥਾਂ 'ਤੇ ਜਿਹੜਾ ਇਸ ਦੇ ਬਾਰੇ ਚਰਚਾ ਵੀ ਹੋ ਰਹੀ ਹੈ ਔਰ ਵੈਸਟਰਨ ਮੀਡੀਆ ਨੇ ਜਿਵੇਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਇਸ ਗੱਲ ਨੂੰ ਇਸ ਵਾਰ ਠੀਕ ਢੰਗ ਦੇ ਨਾਲ ਲਿਆ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਔਰ ਅਲ ਜ਼ਜ਼ੀਰਾ, BBC। ਔਰ ਤੁਸੀਂ ਹਿੰਦੂ ਸਟ੍ਰੈਟਜੀ ਦੇਖੋ ਹਿੰਦੂ ਤਵੀ ਕਿ ਉਹਨਾਂ ਨੇ ਇੱਕ ਪਾਸੇ ਜਿੱਥੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਦੇ ਵਿੱਚ ਜਿਹੜਾ ਉਹ ਬਲੋਚਿਸਤਾਨ ਦੇ ਮੁੱਦੇ ਦੇ ਉੱਤੇ ਫੇਕ ਜਿਹੇ ਬਲੋਚ ਖੜ੍ਹੇ ਕੀਤੇ ਹੁੰਦੇ ਨੇ, ਇੱਥੇ ਵੀ ਜਦੋਂ 27 ਤਰੀਕ ਨੂੰ 27 ਸਤੰਬਰ ਨੂੰ ਮੋਦੀ ਨੇ ਆਉਣੇ UN ਦੇ ਬਾਹਰ, ਜ਼ਾਹਰ ਹੈ ਇੱਕੋ ਦਿਨ ਹੀ, ਉਸੇ ਦਿਨ ਹੀ ਮੋਦੀ ਨੇ ਵੀ ਐਡਰੈਸ ਕਰਨਾ, ਉਸੇ ਦਿਨ ਹੀ ਇਮਰਾਨ ਖਾਨ ਹੋਰਾਂ ਨੇ ਵੀ ਕਰਨਾ। ਹੁਣ ਡੇਟਾਂ ਫਾਈਨਲ ਹੋ ਗਈਆਂ ਅਤੇ ਕਿਉਂਕਿ ਐਲਫਾਬੈਟਿਕ ਹੁੰਦਾ ਅਤੇ ਜ਼ਾਹਰ ਹੈ ਕਿ ਨਰਿੰਦਰ ਐਨ ਦੇ ਜਿਹੜਾ ਥੱਲੇ ਇਹ ਕਿਵੇਂ ਉਹਨਾਂ ਨੇ ਸਕੈਜੂਲ ਕੀਤਾ, ਲੇਕਿਨ ਇਹ ਸਾਹਮਣੇ ਆਇਆ ਕਿ ਵੀ ਪਹਿਲਾਂ ਮੋਦੀ ਨੇ ਬੋਲਣਾ, ਲੇਟਰ ਔਨ ਇਮਰਾਨ ਖਾਨ ਹੋਰਾਂ ਨੇ ਬੋਲਣਾ। ਸੋ ਜ਼ਾਹਰ ਹੈ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖ ਔਰ ਕਸ਼ਮੀਰੀ ਪ੍ਰੋਟੈਸਟ ਕਰ ਰਹੇ ਨੇ ਮੋਦੀ ਦੇ ਖਿਲਾਫ਼, ਔਰ ਇਹਨਾਂ ਨੂੰ ਇਹ ਸੂਟ ਕਰਦਾ ਹੁੰਦਾ ਕਿ ਬਲੋਚ ਲਿਆ ਕੇ ਕੁਛ ਰੈਂਟਾ ਬਲੋਚ ਖੜ੍ਹੇ ਕਰ ਦਿੰਦੇ ਨੇ। ਬਹੁਤ ਸਾਰੇ ਹਿੰਦੂ ਹੀ ਹੁੰਦੇ ਨੇ ਉਹ ਬਲੋਚ ਬਣੇ ਹੁੰਦੇ ਨੇ, ਔਰ ਇਸ ਵਾਰ ਵੀ ਜਨੀਵਾ ਦੀ ਇਸ 42nd ਸੈਸ਼ਨ ਦੇ ਵੇਲੇ ਵੀ ਬਲੋਚਾਂ ਦੇ ਇਸ਼ੂ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪੂਰੀ ਆਫੀਸ਼ੀਅਲ ਪੈਟਰਨੇਜ ਦੇ ਥੱਲੇ। ਇੰਡੀਅਨ ਮੀਡੀਆ ਵੀ ਇਹ ਗੱਲ ਕਰਦੇ, ਔਰ ਅਫਸੋਸ ਕਿ ਅਸੀਂ ਅਕਸਰ ਆਪਣੇ ਪਾਕਿਸਤਾਨੀ ਸਾਡੇ ਜਿਹੜੇ ਡਿਸੀਜਨ ਮੇਕਰ ਨੇ ਜਾਂ ਓਪੀਨੀਅਨ ਮੇਕਰ ਨੇ ਉਹਨਾਂ ਨੂੰ ਇਹ ਸੁਜੈਸਟ ਕਰਦੇ ਕਿ ਸਿੱਖਾਂ ਦਾ ਤਾਂ ਬਣਿਆ ਬਣਾਇਆ ਕੇਸ ਹੈ, ਔਰ ਅਸੀਂ ਪਿਛਲੇ 35 ਸਾਲ ਤੋਂ ਦੁਨੀਆ ਭਰ 'ਚ ਜਿਹੜਾ ਉਹ ਭਾਰਤੀ ਸਰਕਾਰ ਉਹਨਾਂ ਦੇ ਜ਼ੁਲਮਾਂ ਦੇ ਖਿਲਾਫ਼ ਆਵਾਜ਼ ਉਠਾਉਂਦੇ ਹਾਂ। ਹੁਣ ਤਾਂ ਸਾਡੀ ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਹੋਰ ਵੀ ਸਾਂਝ ਹੈ ਕਿ ਭਾਈ ਤੁਸੀਂ ਜੇ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਲਾਲ ਕਿਲ੍ਹੇ ਤੋਂ ਬਲੋਚਿਸਤਾਨ ਦਾ ਜ਼ਿਕਰ ਕਰ ਸਕਦੇ ਅਤੇ ਕਿਉਂ ਨਹੀਂ ਪਾਕਿਸਤਾਨ ਦੀ ਜਿਹੜੀ ਉਹਨਾਂ ਦੇ ਲਾਅ ਮੇਕਰ ਨੇ ਔਰ ਉਹਨਾਂ ਦੀ ਐਗਜ਼ੈਕਟਿਵ ਦੇ ਲੋਕ ਨੇ ਕਿਉਂ ਨਹੀਂ ਇਸ ਮੁੱਦੇ ਨੂੰ, ਖਾਲਿਸਤਾਨ ਦੇ ਮੁੱਦੇ ਨੂੰ ਜਾਂ ਸਿੱਖਾਂ ਦੇ ਉੱਤੇ ਜ਼ਿਆਦਤੀਆਂ ਦੇ ਮੁੱਦੇ ਨੂੰ ਹਾਈਲਾਈਟ ਕਰਦੇ, ਜਾਂ ਕਿਉਂ ਨਹੀਂ ਇੰਟਰਨੈਸ਼ਨਲ ਫੋਰਮ ਦੇ ਉੱਤੇ ਜਨੀਵਾ ਜਾਂ ਦੂਜੀਆਂ ਜਿਹੜੀਆਂ ਸਿੱਖ ਹਿਊਮਨ ਰਾਈਟਸ ਆਰਗਨਾਈਜੇਸ਼ਨਸ ਨੇ ਉਹਨਾਂ ਦੇ ਲਈ ਉਹ ਆਪਣੇ ਤੌਰ 'ਤੇ ਤਾਂ ਕਰਦੇ ਨੇ ਪ੍ਰੈਜੈਂਟੇਸ਼ਨ ਦਿੰਦੇ ਨੇ, ਪਰ ਜਿਸ ਲੈਵਲ ਤੱਕ ਇਹ ਹੁਣ ਬਲੋਚਿਸਤਾਨ ਦੇ ਇਸ਼ੂ ਨੂੰ ਲਿਜਾ ਰਹੇ ਨੇ, ਉਹਨਾਂ ਨੂੰ ਉਹਨਾਂ ਨੇ ਵਿੱਚ ਵਾੜਿਆ। ਪਾਕਿਸਤਾਨ ਨੂੰ ਇਹ ਧਿਆਨ ਨਹੀਂ ਹੈ ਕਿ ਵੀ ਉਹ ਕਿਵੇਂ ਸਿੱਖ ਇਸ਼ੂ ਨੂੰ ਜਿਹੜਾ ਆਲਰੇਡੀ ਇਸ ਵੇਲੇ ਦੁਨੀਆ ਦੇ ਵਿੱਚ ਇੱਕ ਆਵਾਜ਼ ਹੈ ਔਰ ਸਾਡੀ
ਪਰਮਾਨੈਂਟ ਪ੍ਰੈਜੈਂਸ ਹੈ ਦੁਨੀਆ ਭਰ 'ਚ, ਉਹਦਾ ਫੇਕ ਬਲੋਚ ਇਕੱਠੇ ਕਰਦੇ ਨੇ ਜੀ, ਖੜੇ ਕਰਦੇ ਨੇ। ਔਰ ਇਹੀ ਇੱਥੇ ਹੀ ਬਸ ਨਹੀਂ ਹੈ, ਕਸ਼ਮੀਰੀ ਪੰਡਤਾਂ ਦੀ ਤਹਿਜ਼ੀਬ ਜਿਹੜੀਆਂ ਤਨਜ਼ੀਮਾਂ ਵੀ ਇੱਥੇ ਹੋਣਗੀਆਂ। ਔਰ ਆਲਰੇਡੀ ਕਿਉਂਕਿ ਵਾਸ਼ਿੰਗਟਨ ਪੋਸਟ ਨੇ ਉੱਪਰੋਂ ਥੱਲੀ ਦੋ ਤਿੰਨ ਅੱਛੇ ਆਰਟੀਕਲ ਕਿ ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ, ਔਰ ਉਹਨੇ ਦੁਨੀਆ ਨੂੰ ਸ਼ਰਮ ਵੀ ਦਿੱਤੀ। ਅਤੇ ਉਹਨਾਂ ਨੇ ਜਿਸ ਵੀਕਐਂਡ, ਮੈਂ ਵਾਸ਼ਿੰਗਟਨ ਡੀਸੀ ਸੀ, ਪਤਾ ਤਾਂ ਮੈਨੂੰ ਉਦੋਂ ਹੀ ਲੱਗਾ ਕਿ ਵਾਸ਼ਿੰਗਟਨ ਪੋਸਟ ਦੇ ਬਾਹਰ ਜਿਹੜੀਆਂ ਹਿੰਦੂਤਵੀ ਤਨਜ਼ੀਮਾਂ ਨੇ, ਉਹਨਾਂ ਨੇ ਕਸ਼ਮੀਰੀ ਪੰਡਤਾਂ ਦੀ ਤਨਜ਼ੀਮਾਂ ਦੇ ਨਾਂ ਥੱਲੇ ਵੱਡਾ ਪ੍ਰੋਟੈਸਟ ਕੀਤਾ, 200-300 ਬੰਦਾ, ਔਰ ਅੱਡ ਅੱਡ ਸ਼ਹਿਰਾਂ ਤੋਂ, ਔਰ ਇੱਕ ਦੋ ਨਿਊਯਾਰਕ ਨਿਊਜਰਸੀ ਤੋਂ ਵੀ ਲੋਕਾਂ ਨੂੰ ਉੱਥੇ ਢੋਇਆ ਗਿਆ। ਸੋ ਇਹੀ ਨਹੀਂ ਕਿ ਉੱਥੇ ਉਹਨਾਂ ਨੇ ਕਸ਼ਮੀਰੀਆਂ ਦੀ ਆਵਾਜ਼ ਸੁਪਰੈਸ ਕੀਤੀ ਹੈ 80 ਲੱਖ ਕਸ਼ਮੀਰੀਆਂ ਦੀ, ਲੇਕਿਨ ਇੱਥੇ ਵੀ ਜਿੱਥੋਂ ਉਹਨਾਂ ਨੂੰ ਲੱਗਦਾ ਕਿ ਵੀ, ਔਰ ਉਹਨਾਂ ਨੇ ਵਾਸ਼ਿੰਗਟਨ ਪੋਸਟ ਦੀ ਕੰਪਲੇਨ ਵੀ ਕੀਤੀ ਹੈ ਪ੍ਰੈਸ ਕੌਂਸਲ ਕੋਲ, ਮੈਮੋਰੈਂਡਮ ਉਹਨਾਂ ਨੂੰ ਦਿੱਤਾ, ਔਰ ਬੜਾ ਸ਼ੋਰ ਸ਼ਰਾਬਾ ਵਾਸ਼ਿੰਗਟਨ ਪੋਸਟ ਦੇ ਬਾਹਰ ਕੀਤਾ ਕਿ ਜੀ ਤੁਸੀਂ ਜਿਹਾਦੀਆਂ ਦਾ ਪ੍ਰੋਪੇਗੈਂਡਾ ਕਰ ਰਹੇ ਹੋ। ਵਾਸ਼ਿੰਗਟਨ ਪੋਸਟ ਇੱਕ ਜਿਹਾਦੀ ਅਖਬਾਰ ਬਣ ਗਿਆ, ਔਰ ਇਹੀ ਬਕਵਾਸਬਾਜ਼ੀ ਜਿਹੜੀ ਇੰਡੀਅਨ ਸਪੋਕਸਪਰਸਨ ਸੀ ਉਹਨੇ ਜਿਨੀਵਾ ਦੇ ਵਿੱਚ ਕੀਤੀ। ਔਰ ਇਸ ਦੇ ਉੱਤੇ ਗੱਲ ਕਰਦਿਆਂ ਈਵਨ ਡਾਕਟਰ ਗੁਲਾਮ ਨਬੀ ਫਾਈ ਨੇ ਅੱਜ ਜਦੋਂ ਆਪਣੀ ਕਹਿੰਦਾ ਯੂਨਾਈਟਿਡ ਨੇਸ਼ਨਸ ਡੂ ਐਨੀਥਿੰਗ ਟੂ ਸਟੋਪ ਦਾ ਕਾਰਨੇਜ ਇਨ ਕਸ਼ਮੀਰ, ਉਹਨਾਂ ਦੀ ਸਟੇਟਮੈਂਟ ਹੈ ਕਸ਼ਮੀਰ ਅਮੈਰੀਕਨ ਕੌਂਸਲ ਦੇ ਪ੍ਰੈਜੀਡੈਂਟ ਨੇ, ਔਰ ਉਹਦੇ 'ਚ ਜਿਹੜੀ ਉਹਨਾਂ ਨੇ ਫਿਗਰ ਦਿੱਤੀ ਹੈ, ਔਰ ਉਹਨਾਂ ਦਾ ਓਪਨਿੰਗ ਇਹ ਸੀ ਕਿ ਗਵਰਨਮੈਂਟ ਹੈਜ਼ ਇੰਪੋਜ਼ਡ ਕਰਫਿਊ, ਬੈਂਡ ਆਲ ਪਬਲਿਕ ਮੀਟਿੰਗਸ, ਅਰੈਸਟਿਡ ਮੋਰ ਦੈਨ 20,000 ਯੂਥ। ਇਹਨਾਂ ਨੇ ਫਿਗਰ ਜਿਹੜੀ ਕਿ ਪਹਿਲਾਂ AFP ਨੇ 4,000 ਦਿੱਤੀ ਸੀ, ਫਿਰ ਹੌਲੀ ਮੈਂ ਇਹ ਬਿਲੀਵ ਕਰਦਾ ਕਿ ਇਸ ਵੇਲੇ 20,000 ਤੋਂ ਜ਼ਿਆਦਾ ਨੌਜਵਾਨ ਜਿਹੜੇ ਨੇ ਉਹ ਅੰਡਰ ਅਰੈਸਟ ਨੇ। ਇੰਟਰਨੈਟ ਸਰਵਿਸਿਜ਼ ਹੈਵ ਬਿਨ ਸਨੈਪਡ ਐਂਡ ਆਲ ਯੂਨੀਵਰਸਿਟੀ ਐਗਜ਼ਾਮੀਨੇਸ਼ਨਸ ਪੋਸਟਪੋਨਡ, ਬੈਰੀਕੇਡਸ ਹੈਵ ਬਿਨ ਇਰੈਕਟਿਡ ਐਵਰੀਵੇਅਰ ਇਨ ਸ੍ਰੀਨਗਰ ਐਂਡ ਅਦਰ ਟਾਊਨਸ, ਮੋਰ ਦੈਨ 8 ਮਿਲੀਅਨ ਪੀਪਲ ਆਫ ਕਸ਼ਮੀਰ ਵੈਲੀ ਆਰ ਅੰਡਰ ਸੀਜ ਸਿੰਸ August 5th, ਕਿਉਂਕਿ ਉਹਨਾਂ ਨੇ ਵੀ ਆਫੀਸ਼ੀਅਲ ਡੇਟ ਹੀ ਦਿੱਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹੀ ਨਹੀਂ, ਹੁਣ ਉਹਨਾਂ ਨੇ ਜਿਹੜੇ ਈਵਨ ਸਿਵਲ ਡਿਸਓਬੀਡੀਅੰਸ ਦੀ ਗੱਲ ਕਰਦੇ ਨੇ, ਜਿਵੇਂ 8 ਨੌਜਵਾਨ ਉਹਨਾਂ ਨੇ ਫੜੇ ਨੇ ਕਿ ਜੀ ਇਹ ਲਸ਼ਕਰੇ ਤੋਇਬਾ ਦੇ ਬੰਦੇ ਨੇ, ਔਰ ਇਹ ਪੋਸਟਰ ਲਾ ਰਹੇ ਸੀ ਬੜੇ ਬੜੇ ਕੰਧਾਂ ਦੇ ਉੱਤੇ ਕਿ ਸਿਵਲ ਡਿਸਓਬੀਡੀਅੰਸ ਕਰੋ। ਮਤਲਬ ਇਹ ਹੈ ਕਿ ਜਿਹੜੇ ਹੁਣ ਪੀਸਫੁਲ ਪ੍ਰੋਟੈਸਟ ਦੇ ਲਈ ਵੀ ਗੱਲ ਕਰਦੇ ਨੇ ਜਾਂ ਕਰਨਗੇ ਆਉਣ ਵਾਲੇ ਪੀਰੀਅਡ 'ਚ, ਉਹ ਸਾਰੇ ਹੀ ਜਿਹਾਦੀ ਬਣਾ ਕੇ ਲਸ਼ਕਰੇ ਤੋਇਬਾ ਦੇ ਖਾਤੇ 'ਚ ਪਾਏ ਜਾਣਗੇ। ਔਰ ਜਿਹੜਾ ਇੰਡੀਆ ਦੀ, ਜਿਵੇਂ ਮੈਂ ਕਿਹਾ, ਐਕਸਟਰਨਲ ਅਫੇਅਰ ਮਿਨਿਸਟਰੀ ਦੀ ਜਿਹੜੀ ਸਪੋਕਸਪਰਸਨ ਵਿਜੇ ਠਾਕਰ ਸਿੰਘ, ਹਿੰਦੂ ਲੇਡੀ, ਉਹਨੇ ਜਿਹੜਾ ਇਸ ਦੇ ਵਿੱਚ ਕਿਹਾ ਕਿ ਜੀ ਇਹ ਇੰਡੀਆ ਦਾ ਜੋ ਅਸੀਂ ਆਰਟੀਕਲ 370 ਐਬਰੋਗੇਟ ਕੀਤਾ, ਇਹ ਦਿਸ ਇਜ਼ ਇੰਡੀਆ ਸੋਵਰਨ ਡਿਸੀਜਨ ਐਂਡ ਇਟ ਕੈਨ ਨਾਟ ਐਕਸੈਪਟ ਐਨੀ ਇੰਟਰਫੇਰੈਂਸ ਇਨ ਦਾ ਕੰਟਰੀਜ਼ ਇੰਟਰਨਲ ਅਫੇਅਰਸ, ਕਿ ਸਾਨੂੰ ਅਸੀਂ ਬਿਲਕੁਲ ਕੋਈ ਜਿਹੜਾ ਉਹ ਇਹਦੇ 'ਚ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ। ਔਰ ਪਾਕਿਸਤਾਨ ਬਾਰੇ ਉਹਨੇ ਕਿਹਾ ਕਿ ਜੀ ਦੇਖੋ ਜਿਹੜੇ ਆਪਣੇ ਮਾਈਨੋਰਿਟੀਜ਼ ਦੀਆਂ ਦੇ ਹੱਕਾਂ ਨੂੰ ਜਿਹੜੇ ਨੇ ਉਹ ਰੋਲ ਰਹੇ ਨੇ, ਉਹਨਾਂ ਨੂੰ ਕੀ ਹੱਕ ਹੈ। ਔਰ ਉਹਨੇ ਕਿਹਾ ਜੀ ਇਹ ਯੂਨਾਈਟਿਡ ਨੇਸ਼ਨਸ ਦਾ ਇਹ ਫੋਰਮ ਜਿਹੜਾ ਹਿਊਮਨ ਰਾਈਟ ਕੌਂਸਲ ਦਾ, ਇਹ ਸਾਨੂੰ ਕਿਸੇ ਨੂੰ ਮਿਸਯੂਜ਼ ਕਰਨ ਲਈ ਅਲਾਅ ਨਹੀਂ ਕਰਨਾ ਚਾਹੀਦਾ, ਕਿ ਵੀ ਇਹ ਈਵਨ ਜਿਹੜਾ ਕਸ਼ਮੀਰੀਆਂ ਦੇ ਕੇਸ ਦੀ ਪ੍ਰੈਜੈਂਟੇਸ਼ਨ ਹੈ ਉਹਨੂੰ ਵੀ ਉਹ ਮਿਸਯੂਜ਼ ਆਫ ਦਿਸ ਪਲੇਟਫਾਰਮ ਇਹ ਕਹਿ ਰਹੀ ਹੈ। ਔਰ ਉਹਨੇ ਇਸ ਗੱਲ ਦੇ ਉੱਤੇ ਉਹਨੇ ਕਿਹਾ ਜੀ ਦੀਸ ਡਿਸੀਜਨ ਵਾਰ ਟੇਕਨ ਬਾਈ ਅਵਰ ਪਾਰਲੀਮੈਂਟ ਆਫਟਰ ਏ ਫੁੱਲ ਡਿਬੇਟ ਦੈਟ ਵਾਸ ਟੈਲੀਵਾਈਜ਼ਡ ਐਂਡ ਇੰਜੋਇਡ ਵਾਈਡ ਸਪਰੈਡ ਸਪੋਰਟ, ਵੀ ਵਿਸ਼ ਟੂ ਰੀਟਰੇਟ ਦੈਟ ਦਿਸ ਸੋਵਰਨ ਡਿਸੀਜਨ ਲਾਈਕ ਅਦਰ ਲੈਜਿਸਲੇਸ਼ਨ ਪਾਸਡ ਬਾਈ ਪਾਰਲੀਮੈਂਟ ਇਜ਼ ਇੰਟਾਇਰਲੀ ਇੰਟਰਨਲ ਟੂ ਇੰਡੀਆ, ਨੋ ਕੰਟਰੀ ਕੈਨ ਐਕਸੈਪਟ ਇੰਟਰਫੇਰੈਂਸ ਇਨ ਇਟਸ ਇੰਟਰਨਲ ਅਫੇਅਰ, ਸਰਟਨਲੀ ਨਾਟ ਇੰਡੀਆ। ਕਿ ਜੀ ਦੇਖੋ
ਸਾਡੀ ਪਾਰਲੀਮੈਂਟ ਚ ਡਿਬੇਟ ਹੋਇਆ, ਦੁਨੀਆਂ ਨੇ ਦੇਖਿਆ, ਇਹ ਸਾਡਾ ਇੰਟਰਨਲ ਡਿਸੀਜਨ ਹੈ ਔਰ ਅਸੀਂ ਇਹਦੇ ਚ ਜਿਹੜਾ ਇਹ ਬਿਲਕੁਲ ਵੀ ਨਹੀਂ ਕਰਾਂਗੇ। ਫਿਰ ਇੱਥੇ ਹੀ ਉਹਨੇ ਨਹੀਂ ਰੁਕੀ, ਪਾਕਿਸਤਾਨ 'ਤੇ ਉਹਨੇ ਅਟੈਕ ਕੀਤਾ ਕਿ ਦਾ ਹੋਲ ਵਰਲਡ ਇਜ਼ ਅਵੇਅਰ ਦੈਟ ਐਪੀ ਸੈਂਟਰ ਆਫ ਗਲੋਬਲ ਟੈਰਰਿਜ਼ਮ ਪਾਕਿਸਤਾਨ ਇਜ਼ ਵੇਅਰ ਰਿੰਗ ਲੀਡਰਸ ਵਰ ਸ਼ੀਲਡ ਸ਼ੈਲਟਰਡ ਫਾਰ ਈਅਰਸ, ਦਿਸ ਨੇਸ਼ਨ ਕੰਡਕਟਸ ਕਰੋਸ ਬਾਰਡਰ ਟੈਰਰਿਜ਼ਮ ਐਜ਼ ਏ ਫਾਰਮ ਆਫ ਅਲਟਰਨੇਟ ਡਿਪਲੋਮੇਸੀ, ਕਿ ਇਹ ਜਿਹੜਾ ਕਰੋਸ ਬਾਰਡਰ ਸਰਹੱਦ ਤੋਂ ਪਾਰ ਤੋਂ ਦਹਿਸ਼ਤਗਰਦੀ ਭੇਜਦੇ ਨੇ ਔਰ ਇਸ ਨੂੰ ਅਸੀਂ ਬਿਲਕੁਲ ਜਿਹੜਾ ਐਕਸੈਪਟ ਨਹੀਂ ਕਰਾਂਗੇ ਔਰ ਅਸੀਂ ਇਹਨਾਂ ਦੀ ਬਦੌਲਤ ਬਹੁਤ ਸਫ਼ਰ ਕੀਤਾ ਹੈ। ਇਹ ਪ੍ਰੈਕਟੀਸ਼ਨਰ ਨੇ ਸਟੇਟ ਸਪੋਂਸਰਡ ਟੈਰਰਿਜ਼ਮ ਦੇ ਔਰ ਇਸ ਤੋਂ ਪਹਿਲਾਂ ਜਿਹੜਾ ਉਹਨਾਂ ਦੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਜਿਹੜੀ ਪ੍ਰੈਜੈਂਟੇਸ਼ਨ ਹੈ ਉਹਦਾ ਮੈਂ ਥੋੜ੍ਹਾ ਜਿਹਾ ਡਿਟੇਲ 'ਚ ਜ਼ਿਕਰ ਕਰਨਾ ਚਾਹੁੰਦਾ ਔਰ ਬੀ ਬੀ ਸੀ ਨੇ ਇਸ ਦੇ ਉੱਤੇ ਕਾਮੈਂਟ ਕੀਤਾ। ਚਾਈਨਾ ਨੇ ਇਸ ਮੁੱਦੇ ਦੇ ਉੱਤੇ ਕਾਫ਼ੀ ਸਟਰੋਂਗ ਸਟੈਂਡ ਲਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਇਹ ਕਿਉਂਕਿ 37 ਦਿਨ ਬੀਤਣ ਦੇ ਬਾਵਜੂਦ ਕੋਈ ਜਿਹੜਾ ਉੱਥੇ ਲੈਕਡਾਊਨ ਨਹੀਂ ਹੋਇਆ, ਨਾ ਭਾਰਤੀ ਜ਼ੁਲਮ ਦਾ, ਨਾ ਕਸ਼ਮੀਰੀਆਂ ਦੀ ਰੈਜ਼ਿਸਟੈਂਸ ਦਾ, ਤੇ ਅੱਜ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਹ ਕਿਹਾ ਕਿ ਜੀ ਜੇ ਦੋਨੋਂ ਦੇਸ਼ ਚਾਹਣ ਤਾਂ ਮੈਂ ਆਪਣਾ ਰੋਲ ਅਦਾ ਕਰ ਸਕਦਾ। ਇਹ ਹੁਣ ਤਾਂ ਇਹ ਮਜ਼ਾਕ ਹੈ, ਨਾਲ ਹੀ ਉਹਨੇ ਕਿਹਾ ਜੀ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜੀ ਟੈਨਸ਼ਨ ਹੈ ਉਹ ਅੱਗੇ ਨਾਲੋਂ ਘੱਟ ਗਈ ਹੈ। ਹੁਣ ਜ਼ਾਹਰ ਹੈ ਕਿ ਵੀ ਇੱਕ ਗੱਲ ਜਿਹੜੀ ਇੱਕ ਸਟੇਜ ਦੇ ਉੱਤੇ ਕੁਛ ਜਿਹੜੇ ਐਕਸਪਰਟ ਨੇ ਉਹਨਾਂ ਦਾ ਕਹਿਣਾ ਸੀ ਕਿ ਇਹ ਅਮਰੀਕਾ ਔਰ ਇੰਡੀਆ ਇੱਕੋ ਹੀ ਪੇਜ 'ਤੇ ਸੀ ਪਹਿਲੇ ਦਿਨ ਤੋਂ ਹੀ, ਉਹਨਾਂ ਨੇ ਜਿਹੜਾ ਇਹਨਾਂ ਨੂੰ ਭਰੋਸੇ 'ਚ ਲਿਆ ਜਾਂ ਅਲਟੀਮੇਟਲੀ ਡਿਸੀਜਨ ਲੈ ਕੇ ਦੱਸਿਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਲਾਰਜਸਟ ਡੈਮੋਕ੍ਰੇਸੀ ਦੇ ਨਾਂ ਥੱਲੇ ਜੋ ਵਰਤਾਰਾ ਕਸ਼ਮੀਰ ਘਾਟੀ 'ਚ ਚੱਲ ਰਿਹਾ 37 ਦਿਨ ਲਗਾਤਾਰਤਾ ਦੇ ਨਾਲ ਉਹ ਜ਼ੁਲਮ ਦੀ ਜਿਹੜੀ ਹੈ ਕਾਲੀ ਬੋਲੀ ਹਨੇਰੀ ਝੁੱਲ ਰਹੀ ਹੈ ਔਰ ਅਮਰੀਕਾ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਇਹ ਕਹੇ ਕਿ ਜੀ ਹੁਣ 2 ਹਫ਼ਤੇ ਤੋਂ ਜਿਹੜਾ ਉੱਥੇ ਕੋਈ ਠੱਲ ਪਈ ਹੈ, ਫਿਰ ਵੀ ਅਸੀਂ ਇਹ ਰੋਲ ਦਾ ਇਹ ਸਿਰਫ ਪਾਕਿਸਤਾਨ ਨੂੰ ਮਾੜਾ ਮੋਟਾ ਫੁੱਲੀਆਂ ਪਾਉਣਾ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਉਹ ਹੈ। ਲੇਕਿਨ ਚਾਈਨਾ ਨੇ ਜਿਵੇਂ ਹਾਲਾਂ ਮੈਂ ਉਹਦੀ ਤਸਦੀਕ ਤਾਂ ਨਹੀਂ ਖ਼ਬਰ ਦੀ ਕੀਤੀ, ਪਰ ਇਹ ਵੀ ਸੀ ਕਿ ਜਿਹੜਾ ਚਾਈਨਾ ਦੇ ਫੋਰਨ ਮਿਨਿਸਟਰ ਨੇ ਇੰਡੀਆ ਆਉਣਾ ਸੀ ਉਹਨੇ ਆਪਣਾ ਦੌਰਾ ਕੈਂਸਲ ਕੀਤਾ ਔਰ ਇਹ ਕਿਆਸ ਰਾਈ ਹੈ ਕਿ ਪੋਸੀਬਲ ਹੈ ਕਿ ਅਕਤੂਬਰ ਦੇ ਵਿੱਚ ਜਿਹੜੀ ਮੋਦੀ ਔਰ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ ਮੀਟਿੰਗ ਸੀ ਉਹ ਵੀ ਕੈਂਸਲ ਹੋਏ। ਸੋ ਕੁੱਲ ਮਿਲਾ ਕੇ ਚਾਈਨਾ ਨੇ ਜਿਹੜਾ ਆਪਣੇ ਆਪ ਨੂੰ ਅਸਰਟ ਕੀਤਾ ਔਰ ਇਸ ਸਾਰੇ ਦੌਰ ਦੇ ਵਿੱਚ ਕੁੱਲ ਮਿਲਾ ਕੇ ਜੋ ਇੰਟਰਨੈਸ਼ਨਲ ਕਮਿਊਨਿਟੀ ਦਾ ਰਿਐਕਸ਼ਨ ਹੈ ਉਹਨੂੰ ਤੁਸੀਂ ਡਿਸਅਪੋਇੰਟਿੰਗ ਵੀ ਬੜਾ ਛੋਟਾ ਸ਼ਬਦ ਹੈ, ਇਹਨੂੰ ਅਸੀਂ ਜਿਹੜਾ ਇਹੀ ਕਹਿ ਸਕਦੇ ਹਾਂ ਕਿ ਇਸ ਤੋਂ ਵੱਧ ਸ਼ਰਮਨਾਕ ਕਾਰਾ ਨਹੀਂ ਹੋ ਸਕਦਾ ਕੋਈ ਵੀ ਕਿ ਸਾਡੀ ਇਸ ਧਰਤੀ ਦੇ ਉੱਤੇ ਔਰ ਇਸ ਕਿਸਮ ਦੀ ਉਦਾਹਰਣ ਪਹਿਲਾਂ ਕਦੇ ਨਹੀਂ ਮਿਲਦੀ ਇੰਨਾ ਲੰਬਾ ਵਕਤ। ਹਾਲਾਂ ਇਹ ਤਾਂ ਹੋਇਆ ਜਿਵੇਂ ਰਵਾਂਡਾ ਦੀ ਸਿਵਲ ਵਾਰ ਦੀ ਗੱਲ ਹੁੰਦੀ ਹੈ ਜਾਂ ਬੋਸਨੀਆ ਦੇ ਵਿੱਚ ਲੰਬਾ ਵਕਤ ਜਿਹੜੀ ਹੈ ਉਹ ਕਿਲਿੰਗਸ ਚੱਲਦੀਆਂ ਰਹੀਆਂ ਜਾਂ ਦੂਜਾ, ਪਰ ਸਾਰੇ ਦੇ ਸਾਰੇ ਲੋਕ ਉਹਦੇ 'ਚ ਵੀ ਕਿਤੇ ਨਾ ਕਿਤੇ ਸਿਲੈਕਟਿਵ ਸੀ ਜਾਂ ਇੱਕ ਖਿੱਤਾ ਸੀ ਜਿਹਦੇ 'ਚ ਹੋਇਆ ਦੂਜਾ ਫ੍ਰੀ ਸੀ। ਹੁਣ 37 ਦਿਨਾਂ ਤੋਂ 80 ਲੱਖ ਲੋਕ ਜਿਹੜੇ ਨੇ ਉਹਨਾਂ ਨੂੰ ਸਾਹ ਲੈਣਾ ਵੀ ਜਿਹੜਾ ਉਹਨਾਂ ਦੇ ਵੱਸ 'ਚ ਨਾ ਹੋਏ, ਉਹਨਾਂ ਦੀ ਐਕਸੈਸ ਹਰ ਚੀਜ਼ ਨਾਲੋਂ ਕੱਟੀ ਹੋਏ ਦੁਨੀਆ 'ਚ, ਇਕੱਲਾ ਫਿਰ 80 ਲੱਖ ਦੀ ਗੱਲ ਨਹੀਂ ਹੈ, 80 ਲੱਖ ਨਾਲ ਰਿਲੇਟਡ ਅਗਲੇ ਉਹਨਾਂ ਦੇ ਕਿੰਨੇ ਰਿਸ਼ਤੇਦਾਰ ਜਾਣੂ ਦੁਨੀਆ ਭਰ ਦੇ ਵਿੱਚ ਨੇ ਜਿਹੜੇ ਕਿਸ ਕਿਸਮ ਦਾ ਮੈਂਟਲ ਟੋਰਚਰ ਸਹਿ ਰਹੇ ਨੇ, ਕਿਸ ਕਿਸਮ ਦਾ, ਔਰ ਧਰਮੀ ਲੋਕ ਮਜ਼ਹਬੀ ਲੋਕ ਜਿੱਥੇ ਮਜ਼ਹਬ ਦੇ ਵਿੱਚ 5 ਵੇਲੇ ਦੀ ਨਮਾਜ਼ ਜਿਹੜੀ ਹੈ ਉਹ ਫਰਜ਼ ਹੈ,
ਮਸੀਤਾਂ ਬੰਦ ਨੇ, ਜਿਵੇਂ ਅਸੀਂ ਜ਼ਿਕਰ ਕੀਤਾ ਕਿ ਇਸ ਮੌਕੇ ਦੇ ਉੱਤੇ ਜਦੋਂ ਕਿ ਅੱਜ ਇਹ ਮੁਹਰਮ ਦਾ ਖਾਸ ਦਿਨ ਹੁੰਦਾ ਹੈ, ਬਿਲਕੁਲ ਕੱਟ ਆਫ ਲਾਈਨ ਹੈ। ਔਰ ਸ਼ਾਹ ਮਹਿਮੂਦ ਕੁਰੈਸ਼ੀ ਜਿਨ੍ਹਾਂ ਨੇ ਇਸ ਸਾਰੇ ਦੀ ਪ੍ਰੈਜੈਂਟੇਸ਼ਨ ਉਹਨਾਂ ਨੇ ਦਿੱਤੀ, ਉਹਨਾਂ ਨੇ ਜਿਹੜਾ ਭਾਰਤ ਦੇ ਉੱਤੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਕਈ ਦਹਾਈਆਂ ਤੋਂ ਭਾਰਤੀ ਦਮਨ ਦਾ ਸ਼ਿਕਾਰ 80 ਲੱਖ ਕਸ਼ਮੀਰੀ ਭਾਰਤੀ ਫੌਜ ਦੇ ਗੈਰ ਕਾਨੂੰਨੀ ਕਬਜ਼ੇ ਦੇ ਕਾਰਨ ਪਿਛਲੇ 6 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਕੈਦ 'ਚ ਰਹਿ ਰਹੇ ਨੇ। ਔਰ ਭਾਰਤ ਨੇ ਆਪਣੀ ਫੌਜ ਦੀ ਗਿਣਤੀ 7 ਲੱਖ ਤੋਂ ਵਧਾ ਕੇ 10 ਲੱਖ ਕਰ ਦਿੱਤੀ ਹੈ। ਔਰ ਫਿਰ ਉਹਨਾਂ ਨੇ ਜਦੋਂ ਆਪਣਾ ਕੇਸ ਪ੍ਰੈਜੈਂਟ ਕੀਤਾ ਕਿ ਕਿਵੇਂ ਅਚਾਨਕ 370 ਖਤਮ ਕਰਨ ਦਾ ਭਾਰਤ ਨੇ ਪਾਰਲੀਮੈਂਟ ਦੇ ਵਿੱਚ ਫੈਸਲਾ ਲਿਆ ਔਰ ਘਾਟੀ ਨੂੰ ਬੰਦ ਕਰ ਦਿੱਤਾ, ਇੰਟਰਨੈਟ ਮੋਬਾਈਲ ਲੈਂਡਲਾਈਨ 'ਤੇ ਪਾਬੰਦੀ ਲੱਗੀ ਹੋਈ ਹੈ ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਰਫਿਊ ਹੈ। ਔਰ ਉਹਨਾਂ ਦੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਭਾਰਤ ਆਪਣੇ ਆਪ ਨੂੰ ਇੱਕ ਜਮਹੂਰੀਅਤ, ਇੱਕ ਫੈਡਰੇਸ਼ਨ, ਇੱਕ ਸੈਕੂਲਰ ਮੁਲਕ ਹੋਣ ਦਾ ਦਾਅਵਾ ਕਰਦਾ, ਪਰ ਜੋ ਕਸ਼ਮੀਰ ਦੇ ਵਿੱਚ ਭਾਰਤ ਕਰ ਰਿਹਾ ਇਹ ਇਹਦਾ ਅਸਲੀ ਕਰੂਪ ਚਿਹਰਾ ਹੈ। ਔਰ ਉਸ 'ਚ ਉਹਨਾਂ ਨੇ ਨਾਲ ਦੀ ਨਾਲ ਕਿਹਾ ਕਿ ਇਹ ਸਾਰਾ ਜਿਹੜਾ ਪਾਰਟ ਹੈ ਵੀ ਇਸ ਵੇਲੇ ਜਿਹੜਾ ਕਸ਼ਮੀਰ ਹੈ ਇਹ 6 ਹਫ਼ਤਿਆਂ 'ਚ ਦੁਨੀਆ ਦੀ ਸਭ ਤੋਂ ਵੱਡੀ ਜੇਲ੍ਹ ਬਣੀ ਹੋਈ ਹੈ ਔਰ ਨਾ ਤਾਂ ਉਹਦੇ 'ਚ ਕੋਈ ਬੁਨਿਆਦੀ ਫੈਸਿਲਿਟੀਜ਼ ਮਿਲ ਰਹੀਆਂ ਨੇ ਔਰ ਨਾ ਹੀ ਉਹਨਾਂ ਦਾ ਕੋਈ ਬਾਹਰਲੀ ਦੁਨੀਆ ਦੇ ਨਾਲ ਸੰਪਰਕ ਹੈ, ਲੋਕਾਂ ਨੂੰ ਐਮਰਜੈਂਸੀ ਹੈਲਥ ਸਰਵਿਸਿਜ਼ ਵੀ ਨਹੀਂ ਮਿਲ ਰਹੀਆਂ। ਕਸ਼ਮੀਰ 'ਚ 6,000 ਤੋਂ ਜ਼ਿਆਦਾ ਲੋਕ ਜਿਹੜੇ ਪਹਿਲੇ ਕੁਛ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ, ਹੁਣ ਕਿੰਨੇ ਨੇ ਇਹਦਾ ਕੋਈ ਅੰਦਾਜ਼ਾ ਨਹੀਂ ਹੈ। ਔਰ ਕੁਛ ਜਿਹੜੇ ਇੰਟਰਨੈਸ਼ਨਲ ਮੀਡੀਆ ਜਾਂ ਇੰਡੀਪੈਂਡੈਂਟ ਐਕਸਪਰਟ ਨੇ ਉਹਨਾਂ ਦੇ ਰਾਹੀਂ ਕਸ਼ਮੀਰੀਆਂ ਦੇ ਦੁੱਖ ਦੀਆਂ ਦਰਦਨਾਕ ਕਹਾਣੀਆਂ ਦੁਨੀਆ ਦੇ ਸਾਹਮਣੇ ਆਈਆਂ ਨੇ। ਫਿਰ ਉਹਨਾਂ ਨੇ 29 ਅਗਸਤ ਨੂੰ BBC ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਿਹਦੇ 'ਚ ਉਹਨਾਂ ਨੇ ਜਿਹੜਾ ਕਿਹਾ ਕਿ ਕਿਵੇਂ ਆਮ ਨਾਗਰਿਕ ਵੀ ਜਿਹੜੇ ਨੇ ਉਹ ਭਾਰਤੀ ਫੌਜ ਦੇ ਜ਼ੁਲਮ ਦਾ ਸ਼ਿਕਾਰ ਨੇ ਔਰ ਉਹਨਾਂ ਨੇ ਫਿਰ ਇੱਕ ਵਿਅੰਗ ਕੀਤਾ ਕਿ ਵੀ ਇਹ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਦਾਅਵਾ ਕਰਨ ਵਾਲੇ ਜਿਹੜੇ ਨੇ ਇਹ ਜਿਹੜੇ ਕਿ ਇਹ ਕਲੇਮ ਕਰਦੇ ਨੇ ਜਾਂ ਚਾਹਨਾ ਰੱਖਦੇ ਨੇ ਕਿ ਸਾਨੂੰ UN ਸਿਕਿਉਰਿਟੀ ਕੌਂਸਲ ਦੀ ਪਰਮਾਨੈਂਟ ਮੈਂਬਰਸ਼ਿਪ ਦਿੱਤੀ ਜਾਏ, ਉਹ ਆਪਣੀਆਂ ਕਰਤੂਤਾਂ ਦੇਖਣ ਕਿ ਉਹ ਕਰ ਕੀ ਰਹੇ ਨੇ। ਫਿਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਵੀ ਇਹ ਜਿਹੜੀ ਭਾਰਤੀ ਫੌਜ ਰਾਹੀਂ ਇੰਡੀਅਨ ਗਵਰਨਮੈਂਟ ਉੱਥੇ ਤਾਕਤ ਦਾ ਇਸਤੇਮਾਲ ਕਰਕੇ ਮੁਸਲਮਾਨ ਮੈਜੋਰਿਟੀ ਨੂੰ ਮਾਈਨੋਰਟੀ 'ਚ ਕਨਵਰਟ ਕਰਨਾ ਚਾਹੁੰਦੀ ਹੈ, ਇਹ ਇੱਕ ਡੈਮੋਗ੍ਰਾਫਿਕ ਜੈਨੋਸਾਈਡ ਕਰਨ ਦੀ ਲਾਈਨ ਹੈ। ਔਰ ਇਹ 5 ਅਗਸਤ ਦਾ ਜਿਹੜਾ ਇਹਨਾਂ ਦਾ ਫੈਸਲਾ ਸੀ ਐਬਰੋਗੇਟ ਕਰਨ ਦਾ Article 370 ਨੂੰ, ਇਹ ਇੰਟਰਨੈਸ਼ਨਲ ਲਾਅ ਦੀ ਬਿਲਕੁਲ ਖੁੱਲ੍ਹੀ ਉਲੰਘਣਾ ਹੈ ਔਰ ਇਹ ਭਾਰਤ ਜਿਹੜਾ ਭਾਰਤੀ ਕਦਮ ਹੈ ਉਹ 4th ਜਨੇਵਾ ਕਨਵੈਨਸ਼ਨ ਦੀ ਵੀ ਅਣਦੇਖੀ ਕਰਦਾ, ਕਿਉਂਕਿ ਆਲਰੇਡੀ UN ਸਿਕਿਉਰਿਟੀ ਕੌਂਸਲ ਨੇ ਇਸ ਦੇ ਬਾਰੇ ਰੈਜ਼ੋਲਿਊਸ਼ਨ ਕੀਤੇ ਹੋਏ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਭਾਰਤ ਦਾ ਦਾਅਵਾ ਹੈ ਕਿ ਜੀ ਇਹ ਸਾਡਾ ਅੰਦਰੂਨੀ ਮਾਮਲਾ ਹੈ ਪੂਰੀ ਤਰ੍ਹਾਂ ਝੂਠ ਹੈ। ਉਹਨਾਂ ਨੇ ਕਿਹਾ ਵੀ ਪਿਛਲੇ 70 ਸਾਲ ਤੋਂ ਇਹ UN ਸਿਕਿਉਰਿਟੀ ਕੌਂਸਲ ਦੇ ਏਜੰਡੇ 'ਤੇ ਹੈ ਔਰ ਈਵਨ ਇਸ ਸਾਲ ਵੀ 16 ਅਗਸਤ ਨੂੰ ਜਿਹੜਾ UN ਸਿਕਿਉਰਿਟੀ ਕੌਂਸਲ ਨੇ ਇਸ ਦੇ ਬਾਰੇ ਇੱਕ ਮੀਟਿੰਗ ਕੀਤੀ ਹੈ। ਜੋ ਕੁਛ ਅੱਜ ਕਸ਼ਮੀਰ 'ਚ ਹੋ ਰਿਹਾ ਉਹ ਹੁਣ ਇੱਕ ਦੇਸ਼ ਦਾ ਮਾਮਲਾ ਨਹੀਂ ਹੈ ਪਰ ਇਹ ਇੱਕ ਅਨਔਥੋਰਾਈਜ਼ਡ ਕਬਜ਼ੇ ਵਾਲੀ ਜਿਹੜੀ ਲਾਈਨ ਹੈ ਭਾਰਤ ਨੇ ਲਈ ਹੋਈ ਔਰ ਉਹਦੇ ਜ਼ੁਲਮ ਔਰ ਜ਼ਿਆਦਤੀਆਂ ਦੀ ਕਹਾਣੀਆਂ ਦੀ ਹੈ, ਇੰਟਰਨੈਸ਼ਨਲ ਕਾਨੂੰਨ ਦੀ ਅਣਦੇਖੀ ਹੈ ਔਰ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਸ ਦੇ ਲਈ ਫਿਕਰ ਕਰਦਿਆਂ ਇੰਟਰਫੀਅਰ ਕਰਨਾ ਚਾਹੀਦਾ। ਉਹਨਾਂ ਨੇ ਫਿਰ ਨਾਲ ਹੀ ਕਿਹਾ ਵੀ ਜੋ ਅੱਜ ਕਸ਼ਮੀਰ 'ਚ ਹੋ ਰਿਹਾ ਉਹ ਰਵਾਂਡਾ, ਸੈਬਰਾਨੀਕਾ ਔਰ ਰੋਹਿੰਗਿਆ ਦੀ ਜਿਹੜੀ ਆ ਯਾਦ ਦਹਾਨੀ ਕਰਵਾਉਂਦਾ,
ਕਿ ਕਸ਼ਮੀਰ ਦੇ ਵਿੱਚ ਭਾਰਤ ਫੌਜ ਵੱਲੋਂ ਬਹੁਤ ਜ਼ਿਆਦਾ ਜ਼ੁਲਮ ਔਰ ਜ਼ਿਆਦਤਾਂ ਕੀਤੀਆਂ ਜਾ ਰਹੀਆਂ ਨੇ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਆਪਣੇ ਜ਼ੁਲਮ ਨੂੰ ਛੁਪਾਉਣ ਦੇ ਲਈ ਜਦੋਂ ਭਾਰਤ ਨੂੰ ਅੱਜ ਕਟਹਿਰੇ 'ਚ ਖੜਾ ਕੀਤਾ ਜਾ ਰਿਹਾ ਅਤੇ ਭਾਰਤ ਕ੍ਰੋਸ ਬਾਰਡਰ ਟੈਰਰਿਜ਼ਮ ਔਰ ਦੂਸਰੇ ਜਿਹੜੇ ਆ ਉਹ ਬਹਾਨੇਬਾਜ਼ੀਆਂ ਕਰ ਰਹੇ, ਔਰ ਇਸ ਵੇਲੇ ਭਾਰਤ ਕੋਲ ਲੁਕਾਉਣ ਦੇ ਲਈ ਕੁਛ ਨਹੀਂ ਹੈ। ਔਰ ਇਹ ਉਹਨਾਂ ਨੇ ਰਿਕਮੈਂਡ ਕੀਤਾ ਕਿ UN ਜਿਹੜੀ ਹਿਊਮਨ ਰਾਈਟ ਕੌਂਸਲ ਹੈ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ, ਉਹਨਾਂ ਨੂੰ ਇੱਕ ਸਪੈਸ਼ਲ ਇਨਵੈਸਟੀਗੇਟਿਵ ਟੀਮ ਉੱਥੇ ਭੇਜਣੀ ਚਾਹੀਦੀ ਹੈ, ਔਰ ਅਸੀਂ ਵੀ ਆਪਣਾ ਜਿਹੜਾ ਕਸ਼ਮੀਰ ਸਾਡੇ ਨਾਲ ਹੈ ਆਜ਼ਾਦ ਕਸ਼ਮੀਰ ਉੱਥੇ ਖੁੱਲ੍ਹੀ ਇਜਾਜ਼ਤ ਦਿੰਦੇ ਹਾਂ ਕਿ ਇਹ ਕਮੇਟੀ ਆਏ। ਉਹਨਾਂ ਨੇ ਕਿਹਾ ਕਿ ਹਿਊਮਨ ਰਾਈਟਸ ਕੌਂਸਲ ਕਸ਼ਮੀਰੀਆਂ ਦੀਆਂ ਤਕਲੀਫਾਂ ਵੱਲ ਧਿਆਨ ਦੇ, ਔਰ ਇਸ ਜਿਹੜੀ ਕਿ ਇਨਸਾਨੀ ਕ੍ਰਾਈਸਿਸ ਹੈ ਇਸ ਦਾ ਜਿਹੜਾ ਕੋਈ ਹੱਲ ਲੱਭੇ, ਔਰ ਚਾਰ ਉਹਨਾਂ ਨੇ ਸੁਝਾਅ ਜਿਹੜੇ ਨੇ UN ਇਸ ਹਿਊਮਨ ਰਾਈਟ ਕੌਂਸਲ ਨੂੰ ਦਿੱਤੇ ਕਿ ਵੀ ਇਹ ਜਿਹੜੀਆਂ ਪੈਲਟ ਗਨਸ ਭਾਰਤ ਇਸਤੇਮਾਲ ਕਰਦਾ ਇਹਦਾ ਇਸਤੇਮਾਲ ਫੌਰਨ ਬੰਦ ਹੋਏ, ਬਲੱਡ ਸ਼ੈੱਡ ਰੋਕਿਆ ਜਾਏ, ਕਰਫਿਊ ਹਟਾਇਆ ਜਾਏ, ਔਰ ਇਹ ਜਿਹੜਾ ਕਲੈਂਪ ਡਾਊਨ ਹੈ ਔਰ ਜਿਹੜੀਆਂ ਕਮਿਊਨੀਕੇਸ਼ਨ 'ਤੇ ਲੱਗੀਆਂ ਪਾਬੰਦੀਆਂ ਨੇ ਇਹ ਖਤਮ ਹੋਣ, ਫੰਡਾਮੈਂਟਲ ਰਾਈਟਸ ਰੀਸਟੋਰ ਕੀਤੇ ਜਾਣ, ਪੋਲੀਟੀਕਲ ਪ੍ਰਿਜ਼ਨਰ ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਏ, ਔਰ ਜਿਹੜੇ ਹਿਊਮਨ ਰਾਈਟਸ ਐਕਟੀਵਿਸਟ ਇਹਨਾਂ ਨੂੰ ਨਿਸ਼ਾਨਾ ਬਣਾਇਆ ਹੋਇਆ ਇਹ ਇਹਨਾਂ ਨੂੰ ਵੀ ਰਿਲੀਜ਼ ਕੀਤਾ ਜਾਏ, ਔਰ ਇਹ ਜਿਹੜਾ UN ਸਿਕਿਉਰਿਟੀ ਕੌਂਸਲ ਔਰ ਹਿਊਮਨ ਰਾਈਟ ਕੌਂਸਲ ਆਪਣੇ ਫਰਜ਼ ਨੂੰ ਨਿਭਾਏ, ਔਰ ਉਹਨਾਂ ਦਾ ਫਰਜ਼ ਹੈ ਕਿ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਜਿਹੜਾ ਇਸ ਕਸ਼ਮੀਰ ਦੇ ਵਿੱਚ ਪਲੈਬਸਾਈਡ ਦੀ ਗੱਲ ਹੋਏ ਔਰ ਇਹ ਜਿਹੜੀ ਬੇਰਹਿਮ ਤਰੀਕੇ ਦੇ ਨਾਲ ਐਮਰਜੈਂਸੀ ਸਿਚੁਏਸ਼ਨ ਉੱਥੇ ਕ੍ਰੀਏਟ ਕੀਤੀ ਹੋਈ ਹੈ ਇਹਨੂੰ ਬਿਲਕੁਲ ਟੋਲਰੇਟ ਨਾ ਕੀਤਾ ਜਾਏ, ਔਰ ਇਹਦੇ 'ਚ ਕਸ਼ਮੀਰ ਦੇ ਮਾਸੂਮ ਲੋਕ ਜਿਹੜੇ ਨੇ ਉਹਨਾਂ ਦੀਆਂ ਹਿਊਮਨ ਰਾਈਟਸ ਵਾਇਲੇਸ਼ਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਜਿਹੜਾ ਉਹ ਜਸਟਿਸ ਦੇ ਦਾਇਰੇ 'ਚ ਲਿਆਂਦਾ ਜਾਏ, ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਏ, ਔਰ ਇਸ ਲਈ ਜਿਵੇਂ ਮੈਂ ਉਹਨਾਂ ਨੇ ਪਹਿਲਾਂ ਵੀ ਕਿਹਾ ਕਿ ਇੱਕ ਹਿਊਮਨ ਰਾਈਟ ਕਮਿਸ਼ਨ ਬਣਾਇਆ ਜਾਏ, ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਜਿਹਨੂੰ ਇਹ ਹਿਊਮਨ ਰਾਈਟ ਕਮਿਸ਼ਨਰ ਕੌਂਸਲ ਜਾਂ ਦੇ ਹਾਈ ਕਮਿਸ਼ਨਰ ਨੂੰ ਖਾਸ ਹੱਕ ਮਿਲੇ ਹੋਏ ਨੇ ਉਹ ਆਪਣੀ ਨਿਗਰਾਨੀ ਥੱਲੇ ਰਿਪੋਰਟ ਤਿਆਰ ਕਰਾਇਆ ਜੋ ਕਸ਼ਮੀਰ ਚੱਲ ਰਿਹਾ, ਔਰ ਉਹ ਅੱਗੋਂ UN ਸਿਕਿਉਰਿਟੀ ਕੌਂਸਲ ਨੂੰ ਰੈਗੂਲਰਲੀ ਬਰੀਫ ਕਰੇ ਕਿ ਉੱਥੇ ਕੀ ਚੱਲ ਰਿਹਾ, ਔਰ ਭਾਰਤ ਨੂੰ ਕਿਹਾ ਜਾਏ ਕਿ ਉਹ ਹਿਊਮਨ ਰਾਈਟਸ ਔਰਗਨਾਈਜੇਸ਼ਨ ਇੰਟਰਨੈਸ਼ਨਲ ਮੀਡੀਆ ਨੂੰ ਬਿਨਾਂ ਰੁਕਾਵਟ ਔਰ ਬਿਨਾਂ ਦੇਰ ਤੋਂ ਕਸ਼ਮੀਰ ਦੇ ਵਿੱਚ ਜਿਹੜਾ ਜੰਮੂ ਕਸ਼ਮੀਰ 'ਚ ਜਾਣ ਦੀ ਇਜਾਜ਼ਤ ਦੇ। ਸੋ ਅਸੀਂ ਸਮਝਦੇ ਹਾਂ ਕਿ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਮੁਲਕ ਦਾ ਕੇਸ ਬਹੁਤ ਚੰਗੀ ਤਰ੍ਹਾਂ ਪ੍ਰੈਜੈਂਟ ਕੀਤਾ, ਪਰ ਭਾਰਤ ਦਾ ਝੂਠ ਜ਼ਾਹਰ ਹੈ। ਪਰ ਗੱਲ ਪੰਜਾਬੀ 'ਚ ਇਹ ਹੁੰਦਾ ਹੈ ਕਿ ਵੀ ਤੁਸੀਂ ਸੁੱਤੇ ਨੂੰ ਤਾਂ ਜਗਾ ਸਕਦੇ ਹੋ, ਪਰ ਜਿਸ ਨੇ ਕੇਸ ਵੱਟੀ ਹੋਏ ਜਾਂ ਕੇਸ ਮਾਰੀ ਹੋਏ ਉਹਦਾ ਇਲਾਜ ਨਹੀਂ ਕੀਤਾ ਜਾ ਸਕਦਾ। ਸੋ ਇਹ ਨਹੀਂ ਹੈ ਕਿ ਇੰਟਰਨੈਸ਼ਨਲ ਕਮਿਟੀ ਇਹਨਾਂ ਦੀਆਂ ਏਜੰਸੀਆਂ ਇਹਨਾਂ ਨੂੰ ਪਤਾ ਨਹੀਂ ਹੈ, ਅਮਰੀਕਾ ਨੂੰ ਨਹੀਂ ਪਤਾ, ਯੂਰਪ ਨੂੰ ਨਹੀਂ ਪਤਾ, ਹਿਊਮਨ ਰਾਈਟ ਕੌਂਸਲ ਜਿਹੜੇ ਬੈਠੇ ਨੇ, ਪਰ ਜਦੋਂ ਇੰਟੈਂਟ ਹੀ ਇਹ ਹੈ ਕਿ ਭਾਈ ਅਲਟੀਮੇਟਲੀ ਡਾਲਰ ਗਿਣਨੇ ਨੇ, ਅਲਟੀਮੇਟਲੀ ਆਪਣੇ ਜਿਹੜੇ ਨੇ ਸਟ੍ਰੈਟਜਿਕ ਇੰਟਰਸਟ ਜੁੜੇ ਹੋਏ ਨੇ, ਔਰ ਈਵਨ ਵੈਸਟਡ ਇੰਟਰਸਟ ਜਿਹਨੂੰ ਨੈਸ਼ਨਲ ਇੰਟਰਸਟ ਦਾ ਨਾਂ ਦਿੱਤਾ ਜਾਂਦਾ, ਉਹਦੇ ਥੱਲੇ ਇਨਸਾਨੀ ਪੀੜ, ਇਨਸਾਨੀ ਦਰਦ, ਇਨਸਾਨੀ ਤਕਲੀਫ ਜਾਂ ਇਨਸਾਨੀ ਜਿਹੜੀ ਨਸਲਕੁਸ਼ੀ ਹੈ ਉਸ ਦਾ ਕੋਈ ਇਹਨਾਂ ਨੂੰ ਨਹੀਂ ਹੈ। ਔਰ ਇਹ ਇੱਥੋਂ ਤੱਕ ਇਹ ਐਰੋਗੈਂਟ ਔਰ ਬਲਿਜਰੈਂਟ ਇੰਡੀਅਨਸ ਹੋ ਚੁੱਕੇ ਨੇ ਕਿ ਜਿਹੜੀ ਚਾਈਨਾ ਔਰ ਪਾਕਿਸਤਾਨ ਨੇ ਪਿਛਲੇ ਦਿਨਾਂ ਦੇ ਵਿੱਚ ਜੁਆਇੰਟ ਪ੍ਰੈਸ ਸਟੇਟਮੈਂਟ ਦਿੱਤੀ ਕਿ ਵੀ ਇਹ ਜਿਹੜਾ ਇਹ ਜੰਮੂ ਕਸ਼ਮੀਰ ਦਾ ਮੁੱਦਾ ਹੈ, ਇੰਡੀਆ ਦਾ ਇੰਟਰਨਲ ਨਹੀਂ ਹੈ, ਉਹਨੂੰ ਵੀ ਇਹਨਾਂ ਨੇ ਅੱਜ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਜਿਹੜਾ ਸਪੋਕਸਪਰਸਨ ਬਣਾਇਆ ਰਵੀਸ਼ ਕੁਮਾਰ, ਉਹਨੇ ਕਿਹਾ ਵੀ ਰਿਜੈਕਟ
the reference of Jammu and Kashmir in the joint statement issued by China and Pakistan after the recent visit of Chinese Foreign Minister. J&K is an integral part of India. ਇਹ ਵਿੱਤੇ ਵਿੱਚ ਚੀਕਾਂ ਮਾਰ ਰਹੇ ਨੇ ਜੀ ਕਿ ਇਹ ਸਾਡਾ ਜਿਹੜਾ ਅੰਦਰੂਨੀ ਮਾਮਲਾ ਔਰ ਅਸੀਂ ਇਸ ਨੂੰ ਰਿਜੈਕਟ ਕਰਦੇ ਹਾਂ ਔਰ ਇਸੇ ਤਰ੍ਹਾਂ ਜਿਵੇਂ ਮੈਂ ਕਿਹਾ ਕਿ ਵੀ ਚਾਈਨੀਜ਼ ਫੋਰਨ ਮਿਨਿਸਟਰ ਦੇ ਜਿਹੜਾ ਇੰਡੀਆ ਦੀ ਵਿਜ਼ਿਟ ਕੈਂਸਲ ਕਰਨ ਦੀ ਖਬਰ ਹੈ ਔਰ ਇਹਦੇ 'ਤੇ BBC ਦੀ ਪੂਰੀ ਸਟੋਰੀ ਹੈ ਕਿ ਵੀ ਕਿਉਂ ਚਾਈਨਾ ਦੇ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਚਾਈਨਾ ਦੇ ਨਾਲ ਭਾਰਤ ਦਾ ਜਿਹੜਾ ਉਹ ਮਨ ਮੁਟਾਵ ਹੋਇਆ ਕਿਉਂਕਿ ਭਾਰਤ ਸਮਝਦਾ ਸੀ ਵੀ ਚਾਈਨਾ ਆਪਣੇ ਬਿਜ਼ਨਸ ਇੰਟਰਸਟ ਜਿਹੜੇ $100 ਬਿਲੀਅਨ ਦੇ ਨੇੜੇ ਤੇੜੇ ਉਹਨਾਂ ਦੀ ਟ੍ਰੇਡ ਹੈ ਉਹਨੂੰ ਖਤਰੇ 'ਚ ਨਹੀਂ ਪਾਏਗਾ ਪਰ ਚਾਈਨਾ ਨੇ ਖੁੱਲ੍ਹ ਕੇ ਪਾਕਿਸਤਾਨ ਦਾ ਸਾਥ ਦਿੱਤਾ ਔਰ ਕਿਉਂਕਿ ਭਾਰਤ ਵਾਲੇ ਤਾਂ ਕੱਛਾਂ ਵਜਾ ਰਹੇ ਸੀ ਕਿ ਵੀ ਇੱਕ ਪਾਸੇ ਜਿਹੜਾ ਤਾਲਿਬਾਨ ਦੇ ਨਾਲ ਡਾਇਲੋਗ ਹੈ ਉਹ ਖਤਮ ਕਰ ਦਿੱਤਾ ਟਰੰਪ ਨੇ ਵੀ ਕਹਿ ਦਿੱਤਾ ਔਰ ਜਿਹੜਾ ਇਸ ਮੁੱਦੇ ਦੇ ਉੱਤੇ ਮਾਈਕ ਪੋਂਪੀਓ ਇਹਨਾਂ ਦੇ ਜਿਹੜਾ ਸੈਕਟਰੀ ਆਫ ਡਿਫੈਂਸ ਦੀ ਗੱਲ ਤੁਰੀ ਹੈ ਲੇਕਿਨ ਜਿਵੇਂ ਅਸੀਂ ਕਿਹਾ ਭਾਵੇਂ ਫਿਗ ਲੀਫ ਹੀ ਹੈ ਜਿਵੇਂ ਟਰੰਪ ਨੇ ਦੁਬਾਰਾ ਗੱਲ ਕੀਤੀ ਕਿ ਜੀ ਜਿਹੜਾ ਉਹ ਮੈਂ ਕੁਛ ਕਰਨ ਨੂੰ ਤਿਆਰ ਹੈ ਪਰ ਇੱਕ ਗੱਲ ਜਿਹਦੇ ਤੋਂ ਇਹ ਲੱਗਦਾ ਹੈ ਔਰ ਅੱਜ ਹੀ ਸਾਨੂੰ ਕੁਛ ਕੁਐਰੀਜ਼ ਵੀ ਸੀ ਕਿ ਜੀ ਕੀ ਜਿਹੜਾ ਤਾਲਿਬਾਨ ਦੇ ਨਾਲ ਕਿਉਂਕਿ ਇਹ ਦੇਖਣ ਵਾਲੀ ਗੱਲ ਹੈ ਕਿ ਕਸ਼ਮੀਰ ਮੁੱਦਾ ਇਹ ਇਨ ਆਈਸੋਲੇਸ਼ਨ ਨਹੀਂ ਹੈ ਔਰ ਇਹ ਜਿਹੜਾ ਆਰਟੀਕਲ 370 ਦੀ ਐਬਰੋਗੇਸ਼ਨ ਲਈ ਜਿਹੜੀ ਇਹਨਾਂ ਨੇ ਟਾਈਮਿੰਗ ਚੁਣੀ 5 ਅਗਸਤ ਦੀ ਇਹਦਾ ਅਫਗਾਨਿਸਤਾਨ ਦੇ ਵਿੱਚ ਅਮਰੀਕਨ ਵਿਦਡਰੋਲ ਔਰ ਤਾਲਿਬਾਨ ਦੇ ਨਾਲ ਜਿਹੜਾ ਚੱਲ ਰਿਹਾ ਡਾਇਲੋਗ ਸੀ ਜਿਹਦੇ 'ਚ ਖਾਸ ਤੌਰ 'ਤੇ ਖਲੀਲਜ਼ਾਦ ਜ਼ਲਮ ਮੈਂ ਉਹਨੂੰ ਜਿਹੜਾ ਉਹ ਜ਼ਾਲਮ ਖਲੀਲਜ਼ਾਦ ਪੜ੍ਹਦਾ ਸੀ ਪਰ ਮੈਂ ਇਹ ਦੇਖ ਰਿਹਾ ਕਿ ਸ਼ਾਇਦ ਜ਼ਲਮ ਜਾਂ ਜ਼ਲਮ ਕਰਕੇ ਇਹ ਲਫਜ਼ ਹੈ ਉਹਦੀ ਗੱਲਬਾਤ ਦੇ ਦੌਰ ਮੁਕੰਮਲ ਹੋਏ ਸੀ ਔਰ ਫਾਈਨਲੀ ਉੱਥੇ ਅਟੈਕ ਹੋਇਆ ਔਰ ਉਹਨਾਂ ਨੇ ਵਿਦਰੋਹ ਇਹਨਾਂ ਨੇ ਕਿਹਾ ਜੀ ਗੱਲ ਮੁੱਕ ਗਈ ਪਰ ਜਿਵੇਂ ਪ੍ਰੈਜ਼ੀਡੈਂਟ ਟਰੰਪ ਉਹ ਐਕਟ ਕਰ ਰਿਹਾ ਕਈਆਂ ਨੂੰ ਕਈ ਵਾਰ ਤਾਂ ਲੱਗਦਾ ਵੀ ਬਹੁਤ ਵੀਅਰਡ ਐਕਟ ਹੈ ਪਰ ਮੈਨੂੰ ਲੱਗਦਾ ਵੀ ਕੈਲਕੂਲੇਟਡ ਹੁੰਦਾ ਕਿਉਂਕਿ ਇੱਕ ਜਿਹੜੀ ਬੜੀ ਸਟਰੋਂਗ ਆਵਾਜ਼ ਜਿਹਨੂੰ ਜਦੋਂ ਇਹਨੂੰ ਬਣਾਇਆ ਵੀ ਹੈ ਜੌਨ ਬੋਲਟਨ ਨੂੰ ਅਤੇ ਅਮਰੀਕਾ ਦੇ ਵਿੱਚ ਡੈਮੋਕ੍ਰੈਟਸ ਔਰ ਹਿਊਮਨ ਰਾਈਟਸ ਕਿਉਂਕਿ ਐਕਸਟ੍ਰੀਮ ਰਾਈਟ ਵਿੰਗਰ ਸੀ ਔਰ ਅੱਜ ਜਿਹੜੀ ਮੇਨ ਖਬਰ ਹੈ ਕਿ ਟਰੰਪ ਫਾਇਰਸ ਹਾਰਡ ਲਾਈਨ ਐਡਵਾਈਜ਼ਰ ਬੋਲਟਨ ਓਵਰ ਫੋਰਨ ਪੋਲਿਸੀ ਡਿਸਐਗਰੀਮੈਂਟਸ ਸੋ ਇਸ ਤੋਂ ਇਹ ਲੱਗਦਾ ਹੈ ਕਿ ਵੀ ਹੋ ਸਕਦਾ ਅਫਗਾਨਿਸਤਾਨ ਦੇ ਤਾਲਿਬਾਨ ਦੇ ਨਾਲ ਗੱਲਬਾਤ ਦੇ ਮੁੱਦੇ 'ਤੇ ਮਾਈਕ ਪੋਂਪੀਓ ਦਾ ਤਾਂ ਪਤਾ ਹੀ ਸੀ ਕਿ ਈਵਨ ਜੌਨ ਬੋਲਟਨ ਦਾ ਸਟੈਂਡ ਵੀ ਰਿਹਾ ਇੱਕ ਵਾਰੀ ਤਾਂ ਉਹਨੇ ਕਹਿ ਦਿੱਤਾ ਗੱਲਬਾਤ ਨਹੀਂ ਹੈ ਲੇਕਿਨ ਅੱਜ ਉਹਨੇ ਜੌਨ ਬੋਲਟਨ ਨੂੰ ਫਾਇਰ ਕਰ ਦਿੱਤਾ US ਪ੍ਰੈਜ਼ੀਡੈਂਟ ਬੋਲਟਨ US ਪ੍ਰੈਜ਼ੀਡੈਂਟ ਡੋਨਲਡ ਟਰੰਪ ਐਬਰਪਟਲੀ ਫਾਇਰਡ ਹਿਜ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਅਮੰਗ ਅਮਿਡ ਡਿਸਐਗਰੀਮੈਂਟਸ ਵਿਦ ਹਿਜ ਹਾਰਡ ਲਾਈਨ ਏਡ ਓਵਰ ਹਾਊ ਟੂ ਹੈਂਡਲ ਫੋਰਨ ਪੋਲਿਸੀ ਚੈਲੇਂਜਿਸ ਸੱਚ ਐਜ ਨੌਰਥ ਕੋਰੀਆ ਈਰਾਨ ਅਫਗਾਨਿਸਤਾਨ ਐਂਡ ਰਸ਼ੀਆ ਭਾਵੇਂ ਇਹਦੇ 'ਚ ਚਾਰ ਨੌਰਥ ਕੋਰੀਆ ਵਾਲਿਆਂ ਦੇ ਨਾਲ ਵੀ ਉਹ ਵੀ ਜਦੋਂ ਉਹਨਾਂ ਨੂੰ ਲੱਗਦਾ ਕਿ ਵੀ ਅਮਰੀਕਾ ਹਿੱਲ ਰਿਹਾ ਉਹ ਵੀ 2 ਮਿਜ਼ਾਈਲਾਂ ਫਾਇਰ ਕਰ ਦਿੰਦੇ ਉਹਨਾਂ ਕੀਤੀਆਂ 2 ਦਿਨ ਪਹਿਲਾਂ ਪਰ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ ਕਿ ਇੱਕ ਪਾਸੇ ਇੱਕ ਦਿਨ ਪਹਿਲਾਂ ਇਹ ਕਿਹਾ ਜਾਂਦਾ ਜੇ ਕਿ ਡਾਇਲੋਗ ਖਤਮ ਕਿਉਂਕਿ ਕੈਂਪ ਡੇਵਿਡ ਦੇ ਵਿੱਚ ਮੀਟਿੰਗ ਹੋਣੀ ਸੀ ਜਹਾਜ਼ ਤਿਆਰ ਸੀ ਕਤਰ ਤੋਂ ਤਾਲਿਬਾਨ ਲੀਡਰ ਆਉਣੇ ਸੀ ਉਹਨਾਂ ਦੇ ਨਾਲ ਬਹਿਣਾ ਸੀ ਔਰ ਕੈਂਸਲ ਕਰਤਾ ਪਰ ਇਸ ਸਟੈਪ ਤੋਂ ਬਾਅਦ ਮੇਰਾ ਆਪਣਾ ਇਹ ਅੰਦਾਜ਼ ਹੈ ਕਿ ਵੀ ਇਹ ਫਾਈਨਲ ਸਟੇਜ ਦੇ ਹਿਕਅਪਸ ਹੀ ਚੱਲ ਰਹੇ ਨੇ ਦੋਨਾਂ ਦੇ ਵਿੱਚ ਅਮਰੀਕਾ ਦੇ ਕੋਲ ਕੋਈ ਬਹੁਤੀਆਂ ਚੋਇਸਿਸ ਨਹੀਂ ਹੈਗੀਆਂ ਆਲਰੇਡੀ ਜੇ 2 ਲੱਖ 2.5 ਲੱਖ ਨੈਟੋ ਫੋਰਸ ਰੱਖ ਕੇ ਤਾਲਿਬਾਨ ਨੂੰ ਜਦੋਂ ਇੱਕ ਸਟੇਜ 'ਤੇ ਉਹ ਬਿਲਕੁਲ ਵਾਈਪ ਆਊਟ ਵਾਂਗ ਲੱਗਦੇ ਸੀ
ਉਹ ਨਹੀਂ ਸੀ ਵਾਈਪ ਆਊਟ ਕਰ ਸਕੇ, ਹੁਣ ਤਾਂ ਉਹਨਾਂ ਨੇ ਮੇਨ ਸ਼ਹਿਰ ਵੀ ਲੈ ਲਏ ਨੇ, ਜਦੋਂ ਉਹਨਾਂ ਨੇ ਕੁੰਡੂਸ ਜਾਂ ਕੁੰਦੂਸ ਉਹਨੂੰ ਕਹਿੰਦੇ ਨੇ ਉਸ ਦੇ ਉੱਤੇ ਅਟੈਕ ਕੀਤਾ ਤੇ 90% ਜਿਹੜੀ ਲੋਕਲ, ਹੁਣ 2-3 ਲੱਖ ਫੌਜ ਬਣਾਈ ਹੋਈ ਆ ਅਸ਼ਰਫ ਗਨੀ ਦੀ ਸਰਕਾਰ, ਜਿਹੜੀ ਪ੍ਰੋਕਸੀ ਗਵਰਨਮੈਂਟ ਉੱਥੇ ਖੜੀ ਕੀਤੀ ਆ ਉਹਨਾਂ ਨੇ, ਪਰ 95% ਉਹਨਾਂ ਦੇ ਫਾਈਟਰ ਜਿਹੜੇ ਸੀ ਉਹ ਆ ਕੇ ਉਹਨਾਂ ਦੇ ਨਾਲ ਰਲ ਗਏ ਤਾਲਿਬਾਨ ਦੇ ਨਾਲ ਹੀ, ਔਰ ਤਾਲਿਬਾਨ ਦੇ ਹੱਕ 'ਚ ਅਫਗਾਨਿਸਤਾਨ ਭਰ ਦੇ ਵਿੱਚ ਜਲੂਸ ਨਿਕਲ ਰਹੇ ਨੇ ਕਿ ਵੀ ਅਸੀਂ ਇਹਨਾਂ ਦੀ ਹਮਾਇਤ 'ਤੇ ਹਾਂ। ਸੋ ਜਦੋਂ ਪੂਰੀ ਫੌਜ, ਪੂਰੇ ਡਰੋਨ ਅਟੈਕ, ਈਵਨ ਸਾਰੀ ਮਦਦ ਦੇ ਬਾਵਜੂਦ ਤਾਲਿਬਾਨ ਨੂੰ ਇਹਨਾਂ ਨੇ ਡਿਫੀਟ ਕੀ ਕਰਨਾ ਸੀ, ਅਲਟੀਮੇਟਲੀ ਸਟੇਜ ਉਹ ਆਈ ਕਿ ਵੀ ਇਹਨਾਂ ਨੇ ਸਮਝਿਆ ਕਿ ਵੀ ਹੁਣ ਗੱਲਬਾਤ ਤੋਂ ਬਿਨਾਂ ਕੋਈ ਨਹੀਂ, ਤਾਂ ਉਹਦੇ 'ਚ ਓਵਰਨਾਈਟ ਕਿਹੜੀ ਤਬਦੀਲੀ ਕਰ ਲੈਣਗੇ, ਭਾਰਤੀ ਫੌਜ ਦੇ ਬਹਾਦਰ ਭਾਰਤ ਮਾਤਾ ਦੇ ਸਪੁੱਤਰ ਉੱਥੇ ਜਾਣਗੇ ਜੁੱਤੀਆਂ ਖਾਣ ਉਹਨਾਂ ਦੀਆਂ। ਸੋ ਜ਼ਾਹਿਰ ਹੈ ਕਿ ਇਹ ਵੀ ਜਿਹੜਾ ਅੱਜ ਇਹਦਾ ਜੌਨ ਬੋਲਟਨ ਨੂੰ ਆਈ ਇਨਫੋਰਮ ਜੌਨ ਬੋਲਟਨ ਲਾਸਟ ਨਾਈਟ ਦੈਟ ਹਿਸ ਸਰਵਿਸਿਜ਼ ਆਰ ਨੋ ਲੋਂਗਰ ਨੀਡਿਡ ਐਟ ਦਾ ਵਾਈਟ ਹਾਊਸ, ਆਈ ਡਿਸਐਗਰੀਡ ਸਟਰੋਂਗਲੀ ਵਿਦ ਮੈਨੀ ਆਫ ਹਿਸ ਸੁਜੈਸ਼ਨਸ ਐਜ਼ ਡਿਡ ਅਦਰਸ ਇਨ ਦਾ ਐਡਮਿਨਿਸਟ੍ਰੇਸ਼ਨ, ਟਰੰਪ ਟਵੀਟਿਡ ਔਨ ਟਿਊਜ਼ਡੇ। ਸੋ ਉਹਦੇ 'ਚ ਉਹਨੇ ਕਿਹਾ ਜੀ ਇਹ ਤਾਂ ਫਿਰ ਜਦੋਂ ਕੱਢਦਾ ਵੀ ਹੈ ਬਿਲਕੁਲ ਜ਼ਲੀਲ ਕਰਕੇ ਕੱਢਦਾ, ਇਹਨਾਂ ਕਹਿੰਦਾ ਮੈਂ ਨਹੀਂ ਇਹਦੇ ਨਾਲ ਸਹਿਮਤ, ਇਹਨੂੰ ਕਰਤਾ ਤੂੰ ਹੁਣ ਕੱਲ੍ਹ ਨਾ ਆਈ ਵਾਈਟ ਹਾਊਸ, ਹਾਲਾਂ ਉਹ ਕਹਿ ਰਿਹਾ ਕਿ ਜਿਵੇਂ ਮੈਨੂੰ ਅਸਤੀਫਾ ਮੰਗਿਆ ਸੀ ਮੈਂ ਆਪਣਾ ਅਸਤੀਫਾ ਦੇ ਦਿੱਤਾ, ਲੇਕਿਨ ਉਹਨਾਂ ਨੇ ਕਈ ਵਾਰੀ ਉਹਨੇ ਕਿਹਾ ਕਿ ਵੀ ਇਹ ਤਾਂ ਜੰਗ ਚਾਹੁੰਦਾ, ਵਾਰ ਮੌਂਗਰਰ ਹੈ, ਉਹਨੇ ਪਿਛਲੇ ਦਿਨਾਂ 'ਚ ਕਿਹਾ ਸੀ ਓਵਲ ਆਫਿਸ 'ਚ ਬੈਠ ਕੇ, ਜੌਨ ਹੈਜ਼ ਨੈਵਰ ਸੀਨ ਏ ਵਾਰ, ਹੀ ਡਜ਼ਨਟ ਲਾਈਕ, ਉਹਨੇ ਕਿਹਾ ਜੀ ਇਹ ਤਾਂ ਇਹਨੇ ਤਾਂ ਦੇਖੀ ਨਹੀਂ ਹੈ ਜੰਗ ਕੋਈ ਵੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਤਰ੍ਹਾਂ ਮਾਈਕ ਪੋਂਪੀਓ, ਔਰ ਜਿਵੇਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਪੈਂਟਾਗਨ ਦੀ ਲਾਈਨ ਕੀ ਹੈ, ਇਸੇ ਤਰ੍ਹਾਂ ਜੌਨ ਬੋਲਟਨ ਵੀ ਜਿਹੜਾ ਹੈ ਇਹ ਐਜ਼ ਏ ਹੌਕ ਮੰਨਿਆ ਜਾਂਦਾ ਸੀ। ਸੋ ਹੋ ਸਕਦਾ ਹੈ ਇਸ ਸਾਰੇ ਤੋਂ ਬਾਅਦ ਜਿਹੜਾ ਕੋਈ ਨਾ ਕੋਈ ਤਬਦੀਲੀ ਦੀ ਲਾਈਨ ਨਜ਼ਰ ਆਏ ਵਿਜ਼ਾਵੀ ਅਫਗਾਨਿਸਤਾਨ ਪਹੁੰਚ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਸਭ ਦੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਹੈ। ਸੋ ਹੁਣ ਆਪਾਂ ਇੱਥੇ ਲੈਂਦੇ ਹਾਂ ਬ੍ਰੇਕ, ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਅਪੀਲ ਅਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ, TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈਰੇ ਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.TV 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-01-37 Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।